ਜਿੱਦਾਂ ਮੁੱਖ ਮੰਤਰੀ ਕਹਿੰਦੇ ਆ ਕਿ ਮੈਂ ਸਾਰਿਆਂ ਪਾਸੇ ਇਕੱਲਾ ਲੜਾਈ ਲੜ ਰਿਹਾ, ਕੋਈ ਸਮੱਸਿਆ ਹੋਵੇ ਨਿੱਕੀ ਤੋਂ ਲੈ ਕੇ ਵੱਡੀ, ਮੈਨੂੰ 13 ਆਵਾਜ਼ਾਂ ਪੰਜਾਬੀਓ ਅਤੇ 13 ਹੱਥ ਹੋਰ ਦੇ ਦਿਓ, ਫਿਰ ਦੇਖਿਓ ਪਾਰਲੀਮੈਂਟ 'ਚ ਗਾਹ ਪਾਉਂਦੇ ਅਸੀਂ। ਇਹਨਾਂ ਨੂੰ 92 ਵਿਧਾਇਕ ਮਿਲੇ ਆ, 92 ਵਿਧਾਇਕ ਇਹਨਾਂ ਨੇ ਉਹਨਾਂ ਨੂੰ ਬੋਲਣ ਚੱਲਣ ਦੀ ਇਹਨਾਂ ਨੇ ਕਿੰਨੀ ਕਾਗਿਆ ਦਿੱਤੀ ਹੋਈ। ਦੋਸ਼ ਤਾਂ ਇਹ ਲੱਗਦੇ ਆ ਕਿ ਉਹਨਾਂ ਨੂੰ ਇਹਨਾਂ ਨੇ ਬੰਦੀ ਮਜ਼ਦੂਰ ਬਣਾਇਆ ਹੋਇਆ, ਅਤੇ 7 ਰਾਜ ਸਭਾ ਦੇ ਮੈਂਬਰ ਪੰਜਾਬ ਨੇ ਚੁਣ ਕੇ ਭੇਜੇ ਆ, ਉਹਨਾਂ ਨੇ ਪਾਰਲੀਮੈਂਟ 'ਚ ਪੰਜਾਬ ਲਈ ਕੀ ਕਰਤਾ, ਕੀ ਬੋਲੇ ਆ, ਕਿੰਨੇ ਕੁ ਬੋਲੇ ਆ। ਜਿਹੜਾ ਜਦੋਂ ਵਿਧਾਇਕ ਨਹੀਂ ਬੋਲ ਰਿਹਾ, ਰਾਜ ਸਭਾ ਦੇ ਮੈਂਬਰ ਨਹੀਂ ਕਿਸੇ ਮੁੱਦੇ 'ਤੇ ਪੰਜਾਬ ਦੇ ਭਗਦੇ ਮੁੱਦੇ 'ਤੇ ਬੋਲ ਨਹੀਂ ਰਹੇ, ਅਤੇ 13 ਲੋਕ ਸਭਾ ਮੈਂਬਰ ਚੁਣ ਵੀ ਲੈ ਜਾਣ, ਤਾਂ ਉਹ ਕੀ ਕਰਨਗੇ। ਸਵਾਲ ਹੈ ਕਿ 92 ਚੁਣੇ ਉਹਨਾਂ 'ਚ ਕਿਹੜਾ ਬੋਲਦਾ। ਇਹ ਜਿਹੜੇ ਇੱਕ ਬੋਲੇ ਵੀ ਕੁੰਵਰ ਵਿਜੇ ਪ੍ਰਤਾਪ, ਬੜੇ ਵੱਡੇ ਦੋਸ਼ ਲਾਏ ਉਹਨਾਂ ਨੇ ਸਟੇਜ ਤੋਂ ਪ੍ਰਚਾਰ ਕਰਦੇ ਦੌਰਾਨ, ਇੱਕ MP ਦੇ ਕਹਿਣ 'ਤੇ ਪੁਲਿਸ ਵਾਲੇ ਲੱਗੇ ਔਰ ਨਸ਼ਾ ਉਹ ਵਿਕਾਈ ਜਾਂਦੇ ਨੇ। ਉਹ ਬੜੇ ਗੰਭੀਰ ਦੋਸ਼ ਲਾਏ ਆ ਉਹਨਾਂ ਨੇ, ਕਿਹਾ ਜਿਹੜੇ ਵੀ ਇਹ ਪੁਲਿਸ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਹੈਗੇ ਆ ਜਿਹੜੇ ਨਸ਼ਾ ਵਿਕਵਾਉਣ ਦਾ ਕੰਮ ਕਰਦੇ ਆ। ਫਿਲਹਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਜਲੰਧਰ ਹਲਕੇ ਦੇ ਵਿੱਚ ਜਦੋਂ ਚੋਣ ਮੈਦਾਨ 'ਚ ਆਉਂਦੇ ਆ ਉਦੋਂ ਦੀ ਖਿਲਾਰੇ ਬਹੁਤ ਪਏ, ਵਿਰੋਧੀਆਂ ਨੇ ਤਾਂ ਘੇਰਨਾ ਸੀ, ਆਪਣੇ ਆਪ ਦੇ ਵਿੱਚ ਵੀ ਬੜਾ ਕਲੇਸ਼ ਹੋਇਆ। ਇੱਥੇ ਦੀ ਜੋ ਸਥਿਤੀ ਹੈ ਉਹਦੇ 'ਚ ਉਹਨਾਂ ਨੂੰ ਇੱਥੇ ਕਾਫੀ ਅੱਛਾ ਹੰਗਾਰਾ ਮਿਲ ਰਿਹਾ, ਜੋ ਥੋੜ੍ਹਾ ਬਹੁਤ ਖਬਰਾਂ ਮਿਲ ਰਹੀਆਂ, ਉਹਨਾਂ ਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ। ਉਹਨਾਂ ਕਿ ਚਰਨਜੀਤ ਸਿੰਘ ਚੰਨੀ ਜਿਹੜਾ ਪੜ੍ਹਿਆ ਲਿਖਿਆ ਆ ਜਿਹੜਾ ਪੂਰੀ ਤਰ੍ਹਾਂ, ਪਰ ਇਹਦੇ ਬਾਵਜੂਦ ਕਈ ਵਾਰ ਉਹ ਰਾਜਨੀਤਿਕ ਤੌਰ 'ਤੇ ਉਹਦੀ ਜਿਹੜੀ ਮਚੋਰਟੀ ਉਹ ਘੱਟ ਨਜ਼ਰ ਆਉਂਦੀ ਹੈ। ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਦੀ ਚੋਣ ਦੀਆਂ ਸਰਗਰਮੀਆਂ ਤੇਜ਼ ਨੇ, ਸੈਂਟਰ 'ਚ ਕੀ ਚੱਲਦਾ ਹੈ ਅਤੇ ਪੰਜਾਬ ਦੇ ਪ੍ਰਸੰਗ 'ਚ ਵੀ ਗੱਲ ਕਰਾਂਗੇ। ਪੰਜਾਬ ਦੀਆਂ 13 ਸੀਟਾਂ ਅਤੇ ਨਾਲ 14ਵੀਂ ਚੰਡੀਗੜ੍ਹ ਰਾਜਧਾਨੀ ਦੀ ਸੀਟ, ਇਹਨਾਂ ਸਾਰੀਆਂ ਸੀਟਾਂ ਦੇ ਆਪੋ ਆਪਣੇ ਵਿਸ਼ਲੇਸ਼ਣ ਹੋ ਰਹੇ ਨੇ। ਅਸੀਂ ਗੱਲ ਕਰਾਂਗੇ ਅੱਜ ਜਲੰਧਰ ਤੋਂ ਸ਼ੁਰੂ। ਜਲੰਧਰ ਲੋਕ ਸਭਾ ਹਲਕਾ ਖਾਸ ਕਿਉਂ ਬਣਿਆ ਹੋਇਆ? ਕਿਉਂਕਿ ਇੱਕ ਵਜ੍ਹਾ ਇਹ ਵੀ ਹੈ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਵੱਲੋਂ ਚੋਣ ਲੜ ਰਹੇ ਨੇ, ਬਾਕੀ ਪਾਰਟੀਆਂ ਦੇ ਉਮੀਦਵਾਰ ਵੀ ਆਪਣੇ ਆਪ ਨੂੰ ਘੱਟ ਨਹੀਂ ਦੱਸ ਰਹੇ। ਇਸ ਦੇ ਪ੍ਰਸੰਗ 'ਚ ਗੱਲ ਕਰਾਂਗੇ, ਇਸ ਸੀਟ ਦਾ ਵਿਸ਼ਲੇਸ਼ਣ ਔਰ ਪੂਰੇ ਪੰਜਾਬ ਦੀ ਜਿਹੜੀ ਸਿਆਸਤ ਚੱਲ ਰਹੀ ਹੈ ਉਸ ਦੇ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਹਾਜ਼ਰ ਨੇ ਅਜੀਤ ਗਰੁੱਪ ਦੇ ਸਮਾਚਾਰ ਦੇ ਕਾਰਜਕਾਰੀ ਸੰਪਾਦਕ ਅਤੇ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਪ੍ਰੈਜ਼ੀਡੈਂਟ ਸਤਨਾਮ ਸਿੰਘ ਮਾਣਕ ਜੀ, ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਸਰ, ਤੁਹਾਡਾ ਇੱਕ ਬਹੁਤ ਲੰਮਾ ਤਜਰਬਾ ਹੈ ਸਿਆਸਤ ਨੂੰ ਕਵਰੇਜ ਕਰਦਿਆਂ ਦਾ ਵੀ, ਔਰ ਇੱਕ ਵੱਡੇ ਸਮਾਚਾਰ ਪੱਤਰ ਦੇ ਨਾਲ ਤੁਸੀਂ ਜੁੜੇ ਹੋ ਕਾਫੀ ਸਮੇਂ ਤੋਂ। ਜਲੰਧਰ ਸੀਟ ਤੋਂ ਸ਼ੁਰੂਆਤ ਕਰੀਏ, ਜਲੰਧਰ ਸੀਟ ਇਸ ਵਾਰ ਸੁਰਖੀਆਂ 'ਚ ਬਹੁਤ ਜ਼ਿਆਦਾ ਰਹੀ ਹੈ, ਉਸ ਦੀ ਵਜ੍ਹਾ ਕੀ ਹੈ? ਉਹਦਾ ਕਾਰਨ ਇਹੀ ਹੈ ਕਿ ਵੱਖ ਵੱਖ ਪਾਰਟੀਆਂ ਦੇ ਜਿਹੜੇ ਸੀਨੀਅਰ ਲੀਡਰ ਸੀਗੇ ਜਿਹੜੇ ਇੱਥੋਂ ਚੋਣਾਂ ਲੜਦੇ ਰਹੇ ਆ, ਉਹਨਾਂ ਨੇ ਚੋਣਾਂ ਦੇ ਨੇੜੇ ਆ ਕਿ ਜਿਹੜੀਆਂ ਪਾਰਟੀਆਂ ਬੜੀਆਂ ਬਦਲੀਆਂ, ਇਸ ਕਰਕੇ ਜਿਹੜੀ ਪੰਜਾਬ ਦੀ ਰਾਜਨੀਤੀ ਦੇ ਅੰਦਰ ਜਲੰਧਰ ਦੀ ਵਿਸ਼ੇਸ਼ ਤੌਰ 'ਤੇ ਚਰਚਾ ਹੋ ਰਹੀ ਹੈ ਜੀ। ਇੱਕ ਤੁਸੀਂ ਦੱਸਿਆ ਕਿ ਵੱਡੇ ਚਿਹਰੇ ਵੀ ਹੈ, ਕੋਈ ਅਦਲਾ ਬਦਲੀ ਵੀ ਬਹੁਤ ਹੋਈ, ਹੁਣ ਇੱਕ ਗੱਲ ਇਹ ਵੀ ਚੱਲ ਰਹੀ ਹੈ ਕਿ ਦਲ ਬਦਲੂ ਇੱਕ ਪਾਸੇ ਖੜੇ ਆ ਸਾਰੇ, ਇੱਕ ਪਾਸੇ ਸਾਬਕਾ ਮੁੱਖ ਮੰਤਰੀ ਉਹਨਾਂ ਨੂੰ ਦੱਸਿਆ ਜਾ ਰਿਹਾ ਉਹ ਪੈਰਾਸ਼ੂਟ ਵਾਲੇ ਉਮੀਦਵਾਰ ਹੈ, ਇਹ ਵੀ ਕਿਤੇ ਨਾ ਕਿਤੇ ਵਜ੍ਹਾ ਹੈਗੀ ਹੈ ਚਰਚ? ਇਹ ਬਿਲਕੁਲ ਜਿਹੜੀ ਤੁਸੀਂ ਗੱਲ ਕਹੀ ਹੈ ਸੰਦੀਪ ਜੀ, ਕਿ ਲੋਕਾਂ ਦੇ ਵਿੱਚ ਇਹ ਬੜੀ ਵੱਡੀ ਚਰਚਾ ਆ, ਕਈ ਲੋਕਾਂ ਨਾਲ ਮੈਂ ਜਦੋਂ ਗੱਲਬਾਤ ਕੀਤੀ ਹੈ ਤੇ ਲੋਕ ਇਸ ਗੱਲ ਨੂੰ ਚੰਗਾ ਨਹੀਂ ਮੰਨ ਰਹੇ ਕਿ ਜਿਹੜੀਆਂ ਪਾਰਟੀਆਂ ਦੇ ਲੀਡਰ ਆ, ਜਿਹੜੇ ਸੀਨੀਅਰ ਲੀਡਰ ਆ, ਇੱਕਦਮ ਹੀ ਚੋਣਾਂ ਤੋਂ ਪਹਿਲਾਂ ਟਿਕਟਾਂ ਨਾ ਮਿਲਣ ਕਰਕੇ ਜਾਂ ਹੋਰ ਕਾਰਨਾਂ ਕਰਕੇ ਇੱਕਦਮ ਹੀ ਉਹਨਾਂ ਨੇ ਪਾਰਟੀਆਂ ਬਦਲੀਆਂ, ਉਹ ਲੋਕ ਇਹਨੂੰ ਬਹੁਤਾ ਪਸੰਦ ਨਹੀਂ ਕਰ ਰਹੇ ਇਸ ਗੱਲ। ਇੱਕ ਅਸੀਂ ਪਿੰਡਾਂ ਦੇ ਵਿੱਚ ਗਏ ਹਾਂ ਜਦੋਂ, ਅਤੇ ਉੱਥੇ ਕਿਉਂਕਿ ਸਾਰੇ ਜਾਣਦੇ ਆ ਚੋਣ ਤਾਂ ਹੈਗੀ ਆ ਪਾਰਲੀਮੈਂਟ ਦੀ, ਲੋਕ ਸਭਾ ਦੀ, ਪਰ ਜਦੋਂ ਮੁੱਦਿਆਂ ਦੀ ਗੱਲ ਹੁੰਦੀ ਆ ਉਹ ਸਟੇਟ ਨੂੰ ਧਿਆਨ 'ਚ ਰੱਖ ਰਿਹਾ, ਜੇ ਲੋਕਾਂ ਦਾ ਗੁੱਸਾ ਹੈ ਉਹ ਵੀ ਸਟੇਟ ਸਰਕਾਰ ਦੇ ਧਿਆਨ 'ਚ, ਜੇ ਕੋਈ ਚੰਗਾ ਕੰਮ ਹੋਇਆ ਕਹਿੰਦੇ ਉਹ ਵੀ ਸਟੇਟ ਦੇ ਧਿਆਨ 'ਚ, ਤੁਹਾਨੂੰ ਵਜ੍ਹਾ ਕੀ ਲੱਗਦੀ ਹੈ ਕਿ ਸਟੇਟ ਨੂੰ ਮੁੱਖ ਕਿਉਂ ਰੱਖ ਰਹੇ ਆ ਲੋਕ?
ਉਹਦੇ ਸੰਦੀਪ ਜੀ ਤੁਸੀਂ ਵੀ ਜਾਣਦੇ ਹਾਂ, ਅਸੀਂ ਵੀ ਸਾਰੇ ਜਾਣਦੇ ਹਾਂ, ਲੋਕ ਜਦੋਂ ਸਰਕਾਰ ਦੀ ਗੱਲ ਕਰਦੇ ਆ ਅਤੇ ਲੋਕਾਂ ਦੇ ਸਾਹਮਣੇ ਦਿੱਲੀ ਵਾਲੀ ਸਰਕਾਰ ਦੂਰ ਦੀ ਗੱਲ ਹੁੰਦੀ ਹੈ ਅਤੇ ਜਿਹੜੀ ਸਥਾਨਕ ਸਰਕਾਰ ਹੁੰਦੀ ਹੈ, ਜਿਹੜੀ ਪੰਜਾਬ ਦੀ ਸਰਕਾਰ ਆ, ਹਰ ਚੰਗੀ ਅਤੇ ਬੁਰੀ ਗੱਲ ਲਈ ਉਹ ਜਿਹੜੀ ਪੰਜਾਬ ਦੀ ਸਰਕਾਰ ਸਥਾਨਕ ਹੁੰਦੀ ਹੈ ਉਹਨੂੰ ਜ਼ਿੰਮੇਵਾਰ ਠਹਿਰਾਉਂਦੇ ਆ। ਇਸ ਕਰਕੇ ਲੋਕਾਂ ਦੀ ਗੱਲ ਆਪਾਂ ਨੂੰ ਸਾਰਿਆਂ ਨੂੰ ਸਮਝ ਆ ਸਕਦੀ ਹੈ ਕਿ ਜਿਹੜਾ ਪੰਜਾਬ ਸਰਕਾਰ ਨੇ ਕੋਈ ਚੰਗੇ ਕੰਮ ਕੀਤੇ ਆ ਉਹਦਾ ਵੀ ਉਹਨਾਂ ਨੂੰ ਫਾਇਦਾ ਮਿਲੇਗਾ, ਜਿਹੜੇ ਕੰਮ ਚੰਗੇ ਨਹੀਂ ਕਰ ਸਕੇ ਉਹਨਾਂ ਦਾ ਉਹਨਾਂ ਨੂੰ ਨੁਕਸਾਨ ਹੋਊਗਾ ਇਹਨਾਂ ਚੋਣਾਂ 'ਚ। ਉਂਝ ਵੀ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਹੈ ਉਹ 2 ਸਾਲ ਦੇ ਲਗਭਗ ਆਪਣਾ ਸਮਾਂ ਪੂਰਾ ਕਰ ਚੁੱਕੀ ਹੈ। ਇਹ ਚੋਣਾਂ ਇੱਕ ਪਾਸੇ ਜਿੱਥੇ ਲੋਕ ਸਭਾ ਦੀਆਂ ਚੋਣਾਂ ਆ, ਪਰ ਇਹ ਨਾਲ ਨਾਲ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹਦੇ ਲਈ ਵੀ ਇਮਤਿਹਾਨ ਹੈ ਕਿ ਉਹਦੀ ਦੋ ਸਾਲ ਦੀ ਜਿਹੜੀ ਕਾਰਗੁਜ਼ਾਰੀ ਨੂੰ ਲੋਕ ਕਿਵੇਂ ਲੈਂਦੇ ਆ ਇਹ ਇਹਨਾਂ ਚੋਣਾਂ ਤੋਂ ਪਤਾ ਲੱਗੂਗਾ। ਦੂਜੀ ਗੱਲ ਇਹ ਵੀ ਹੈ ਕਿ ਜਿਹੜੀਆਂ 2022 ਦੀਆਂ ਚੋਣਾਂ ਜਿਹੜੀਆਂ ਇੱਕ ਜਨਤਕ ਲਹਿਰ ਦੇ ਸਿਰ 'ਤੇ ਆਮ ਆਦਮੀ ਪਾਰਟੀ ਨੇ ਜਿੱਤੀਆਂ ਸੀਆਂ, ਕਿਉਂਕਿ ਉਸ ਵੇਲੇ ਆਪਾਂ ਦੇਖਦੇ ਹਾਂ ਜਦੋਂ ਤੋਂ ਆਮ ਆਦਮੀ ਪਾਰਟੀ ਨੇ ਹੌਲੀ ਹੌਲੀ ਇੱਥੇ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਆ ਅਤੇ ਉਹਦੇ 'ਚ ਇੱਕ ਖਲਾਅ ਪੰਜਾਬ ਦੀ ਰਾਜਨੀਤੀ ਸੀਗਾ। ਅਕਾਲੀ ਭਾਜਪਾ ਗੱਠਜੋੜ ਸਰਕਾਰ ਜਿਹਨੇ ਜਿਹੜੀ ਆ 15 ਸਾਲ ਇੱਥੇ ਰਾਜ ਕੀਤਾ, ਇੱਕ ਕੈਪਟਨ ਨੇ ਜਦ 2002 'ਚੋਂ ਦੁਬਾਰਾ ਚੋਣਾਂ ਜਿੱਤੇ ਸੀ ਉਹ 5 ਸਾਲ ਦੀ ਜੇ ਟਰਮ ਕੱਢ ਦਈਏ ਅਤੇ ਇੱਥੇ 15 ਸਾਲ ਦੇ ਲਗਭਗ ਅਕਾਲੀ ਭਾਜਪਾ ਸਰਕਾਰ ਨੇ ਰਾਜ ਕੀਤਾ ਇੱਥੇ ਅਤੇ ਉਹਦੇ ਖਿਲਾਫ਼ ਜਿਹੜਾ ਸੱਤਾ ਵਿਰੋਧੀ ਰੁਝਾਨ ਹੈ, ਅਕਾਲੀ ਭਾਜਪਾ ਦੋਨਾਂ ਪਾਰਟੀਆਂ ਦੇ ਖਿਲਾਫ਼ ਸੱਤਾ ਵਿਰੋਧੀ ਰੁਝਾਨ ਸੀਗਾ ਅਤੇ ਉਹਨਾਂ ਸਮਿਆਂ 'ਚ ਨਸ਼ਿਆਂ ਦਾ ਵੀ ਰੁਝਾਨ ਵਧਿਆ, ਗੈਂਗਸਟਰਿਜ਼ਮ ਵੀ ਸ਼ੁਰੂ ਹੋ ਗਿਆ ਸੀ, ਹੋਰ ਵੀ ਬਹੁਤ ਸਾਰੇ ਭ੍ਰਿਸ਼ਟਾਚਾਰ ਵੀ ਸੀ। ਇਹਨਾਂ ਮਸਲਿਆਂ ਤੋਂ ਲੋਕ ਅਕਾਲੀ ਭਾਜਪਾ ਦੋਨਾਂ ਪਾਰਟੀਆਂ ਤੋਂ ਬਦਜਨ ਹੋ ਚੁੱਕੇ ਸੀ, ਸੰਤੁਸ਼ਟ ਨਹੀਂ ਸੀਗੇ। ਉਹ ਤੋਂ ਬਾਅਦ ਕੈਪਟਨ ਸਾਹਿਬ ਦੀ ਸਰਕਾਰ ਆਈ ਜਦੋਂ ਅਤੇ ਉਹਦੇ 'ਚ ਕੈਪਟਨ ਦੀ ਸਰਕਾਰ ਵੇਲੇ ਵਿੱਚ ਕਰੋਨਾ ਆ ਗਿਆ, ਉਂਝ ਵੀ ਕੈਪਟਨ ਸਾਹਿਬ ਦੀ ਆਦਤ ਆ ਉਹ ਕਿ ਬਹੁਤਾ ਜਨਤਕ ਤੌਰ 'ਤੇ ਵਿਚਰਦੇ ਨਹੀਂ ਸੀਗੇ, ਉਹਦੇ ਨਾਲ ਜਿਹੜਾ ਲੋਕ ਜਿਹੜੇ ਆ ਕੋਈ ਉਹਨਾਂ ਨੂੰ ਜ਼ਿਆਦਾ ਰਾਹਤ ਨਹੀਂ ਮਿਲੀ, ਬਦ ਉਹ ਤੋਂ ਵੀ ਬਦਜਨ ਹੋ ਗਿਆ। ਫਿਰ ਉਹ ਆਪਣਾ ਗੁਟਕਾ ਸਾਹਿਬ ਚੁੱਕ ਕੇ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਕਿ 1 ਮਹੀਨੇ 'ਚੋਂ ਨਸ਼ੇ ਬੰਦ ਕਰ ਦਾਂਗੇ, ਉਹ ਚੀਜ਼ਾਂ ਵੀ ਨਹੀਂ ਹੋਈਆਂ, ਰੇਤਾ ਬਜਰੀ ਦੀ ਨਜਾਇਜ਼ ਜਿਹੜੀ ਨਿਕਾਸੀ ਸੀ ਉਹ ਵੀ ਨਹੀਂ ਹੋਈ ਅਤੇ ਹੋਰ ਵੀ ਜਿਹੜੇ ਬਹੁਤੇ ਵਾਅਦੇ ਸੀਗੇ ਕੈਪਟਨ ਸਰਕਾਰ ਵੇਲੇ ਉਹ ਪੂਰੇ ਨਹੀਂ ਹੋਏ। ਇਸੇ ਗੱਲ ਨੂੰ ਸ਼ਾਇਦ ਮੁੱਖ ਰੱਖ ਕੇ ਜਦੋਂ ਚੋਣਾਂ ਦੇ ਨੇੜੇ ਆ ਕੇ ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਮਿਲ ਕੇ ਜਾਂ ਨਵਜੋਤ ਸਿੰਘ ਸਿੱਧੂ ਦੀ ਸਲਾਹ ਮੰਨ ਕੇ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਦਿੱਤਾ ਅਤੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਸਰਕਾਰ ਬਣ ਗਈ ਅਤੇ ਉਹਦੇ 'ਚ ਵੀ ਕਾਂਗਰਸ ਦੀ ਇੰਨੀ ਧੜੇਬੰਦੀ ਸੀਗੀ ਅਤੇ ਚਰਨਜੀਤ ਸਿੰਘ ਚੰਨੀ ਨੇ ਜੇ ਕੋਈ ਚੰਗੇ ਕੰਮ ਵੀ ਕੀਤੇ ਤਾਂ ਉਹਦੇ ਨਾਲ ਵੀ ਕਾਂਗਰਸ ਸਰਕਾਰ ਨੂੰ ਕੋਈ ਕ੍ਰੈਡਿਟ ਜਾਂ ਕੋਈ ਚੰਗਾ ਪ੍ਰਭਾਵ ਉਹਦਾ ਬਣ ਨਹੀਂ ਸਕਿਆ ਅਤੇ ਇਹ ਸਾਰੇ ਹਾਲਾਤ ਜਦੋਂ ਸਟੇਟ 'ਚ ਚੱਲ ਰਹੇ ਸੀਗੇ ਅਤੇ ਉਸ ਵੇਲੇ ਜਿਹੜੀ ਆਮ ਆਦਮੀ ਪਾਰਟੀ ਨੇ ਜ਼ੋਰ ਸ਼ੋਰ ਨਾਲ ਇੱਥੇ ਚੋਣਾਂ ਲੜੀਆਂ ਔਰ ਆਪਣਾ ਇੱਕ ਵਰਤਾਂਤ ਸਿਰਜਿਆ ਕਿ ਅਸੀਂ ਸਿਕਿਉਰਟੀ ਨਹੀਂ ਲਵਾਂਗੇ, ਅਸੀਂ ਵੱਡੇ ਵਹੀਕਲਾਂ ਦੀ ਜਿਹੜੀ ਆ ਹੇਡ ਲੈ ਕੇ ਨਹੀਂ ਤੁਰਾਂਗੇ, ਅਸੀਂ ਸਾਦੇ ਰਵਾਂਗੇ, ਸਰਕਾਰ ਪਿੰਡਾਂ ਤੋਂ ਚੱਲੂਗੀ ਅਤੇ ਅਸੀਂ ਸਿੱਖਿਆ ਬਿਹਤਰ ਕਰ ਦਾਂਗੇ, ਸਿਹਤ ਸਹੂਲਤਾਂ ਬਿਹਤਰ ਕਰ ਦਾਂਗੇ, ਨੌਜਵਾਨਾਂ ਨੂੰ ਰੁਜ਼ਗਾਰ ਦਿਆਂਗੇ, ਰੇਤਾ ਬਜਰੀ ਮਾਫੀਏ ਨੂੰ ਖਤਮ ਕਰ ਦਾਂਗੇ। ਇਸ ਤਰ੍ਹਾਂ ਦੇ ਬਹੁਤ ਸਾਰੇ ਦਾਅਵੇ ਅਤੇ ਵਾਅਦੇ ਉਹਨਾਂ ਨੇ ਕੀਤੇ ਅਤੇ ਲੋਕ ਜਿੱਥੇ ਪੰਜਾਬ ਦੀਆਂ ਪੁਰਾਣੀਆਂ ਤੋਂ ਪੰਜਾਬ ਦੀਆਂ ਪੁਰਾਣੀਆਂ ਪਾਰਟੀਆਂ ਤੋਂ ਬਦਚਨ ਹੋ ਚੁੱਕੇ ਸੀ, ਲੋਕਾਂ ਨੇ ਇੱਕ ਜੋਖਮ ਉਠਾਇਆ, ਰਿਸਕ ਲਿਆ ਕਿ ਇੱਕ ਨਵੀਂ ਧਿਰ ਨੂੰ ਅਜਮਾ ਕੇ ਦੇਖ ਲਓ। ਇੱਕ ਸ਼ਬਦ ਬਦਲਾਅ ਬੜਾ ਗੂੰਜਿਆ ਸੀ ਉਹਨਾਂ ਦਿਨਾਂ ਦੇ ਵਿੱਚ, ਕੀ 25 ਮਹੀਨਿਆਂ ਦੇ ਵਿੱਚ ਤੁਸੀਂ ਇੱਕ
ਪੱਤਰਕਾਰ ਹੋਣ ਦੇ ਨਾਤੇ ਉਸ ਬਦਲਾਅ ਦੀ ਡੈਫੀਨੇਸ਼ਨ ਕੀ ਦਿੰਦੇ ਹੋ 22-24 ਵਿੱਚ ਆਉਂਦੇ ਆਉਂਦੇ? ਸੰਦੀਪ ਜੀ, ਗੱਲ ਇਹ ਹੈ ਕਿ ਬਦਲਾਅ ਦਾ ਇੱਕ ਬਹੁਤ ਵੱਡਾ ਨਾਰਾ ਦਿੱਤਾ ਸੀ, ਉਹਦੇ ਪਿੱਛੇ ਇਹ ਜਿਹੜੀਆਂ ਮੈਂ ਪਹਿਲਾਂ ਗੱਲਾਂ ਤੁਹਾਨੂੰ ਦੱਸੀਆਂ, ਇਹ ਨਾਲ ਵਾਅਦੇ ਸੀਗੇ, ਨਾਲ ਬਦਲਾਅ ਦਾ ਨਾਰਾ ਸੀਗਾ। ਉਹਦੇ 'ਚ ਬਿਨਾਂ ਸ਼ੱਕ ਪੰਜਾਬੀ ਨਵੇਂ ਤਜਰਬੇ ਕਰਨ ਦਾ ਜੋਖਮ ਮੁੱਲ ਲੈ ਲੈਂਦੇ ਆ। ਉਹਨਾਂ ਨੇ ਇੱਕ ਤਜਰਬਾ ਕੀਤਾ, ਪਰ ਜੇ ਅੱਜ ਆਪਾਂ 2 ਸਾਲ ਜਾਂ ਤੁਸੀਂ ਕਹਿ ਲਓ 25 ਮਹੀਨੇ ਦੀ ਗੱਲ ਕਰੀਏ, ਅਤੇ ਅੱਜ ਜਿਹੜੀ ਸਥਿਤੀ ਹੈ ਕਿ ਬਦਲਾਅ ਕਿਤੇ ਨਜ਼ਰ ਨਹੀਂ ਆਉਂਦਾ। ਜਿਹੜੀ ਪੁਰਾਣੀ ਪਾਰਟੀਆਂ ਦੀ ਕਾਰਜ ਸ਼ੈਲੀ ਸੀਗੀ, ਵੱਡੇ ਵੱਡੇ ਜਿਹੜੇ ਮੁੱਖ ਮੰਤਰੀ ਸਮੇਤ ਹੋਰ ਮੰਤਰੀ ਆ ਜਿਹੜੇ ਵੱਡੇ ਵੱਡੇ ਸਕਿਉਰਿਟੀ ਦੇ ਵਹੀਕਲ ਲੈ ਕੇ ਚੱਲਣਾ, ਅਤੇ ਜਿਹੜਾ ਉਸੇ ਤਰ੍ਹਾਂ ਜਿਹੜਾ ਜਿੱਦਾਂ ਚੋਣਾਂ ਲੜਨ ਲਈ ਜਿੱਦਾਂ ਦੂਜੀਆਂ ਰਵਾਇਤੀ ਪਾਰਟੀਆਂ ਪੈਸੇ ਇਕੱਠੇ ਕਰਦੀਆਂ ਸੀ, ਇਹਨਾਂ ਨੇ ਵੀ ਚਾਹੇ ਹਿਮਾਚਲ ਦੀ ਚੋਣ ਲੜੀ, ਚਾਹੇ ਗੁਜਰਾਤ ਦੀ ਚੋਣ ਲੜੀ, ਜਾਂ ਕਿਤੋਂ ਵੀ, ਇੱਥੋਂ ਵੀ ਜਿਹੜੇ ਸਾਰੇ ਸਨਅਤਕਾਰਾਂ ਵਪਾਰੀਆਂ ਤੋਂ ਪੈਸੇ ਇਕੱਠੇ ਕੀਤੇ ਆ ਇਹਨਾਂ ਨੇ, ਅਤੇ ਉਹ ਜਿਹੜੇ ਆ ਉਹ ਵੱਖ ਵੱਖ ਥਾਵਾਂ 'ਤੇ ਖਰਚੇ ਆ ਇਹਨਾਂ ਨੇ। ਫਿਰ ਜਿਹੜਾ ਪਬਲਿਸਿਟੀ ਜਿਹੜੀ ਆ ਉਹਦੇ 'ਚ, ਜਿਹੜਾ ਅਕਾਲੀ ਸਰਕਾਰ ਵੇਲੇ 30 ਕਰੋੜ ਦਾ ਬਜਟ ਸੀਗਾ, ਅਕਾਲੀ ਭਾਜਪਾ ਸਰਕਾਰ ਵੇਲੇ ਕੈਪਟਨ ਵੇਲੇ 100 ਕਰੋੜ ਹੋ ਗਿਆ, ਇੱਥੇ ਹੁਣ ਇਹ ਕਹਿੰਦੇ ਆ ਵੀ 1000 ਕਰੋੜ ਤੋਂ ਵੀ ਉੱਪਰ ਜਾ ਚੁੱਕਾ ਜਿਹੜਾ ਇਹਨਾਂ ਨੇ ਜਿਹੜਾ ਪ੍ਰਿੰਟ ਹੈ ਚਾਹੇ ਇਲੈਕਟ੍ਰੋਨਿਕ ਮੀਡੀਆ ਵੱਡੀ ਪੱਧਰ 'ਤੇ ਉਹਨਾਂ ਦੀ ਇਸ਼ਤਿਹਾਰਬਾਜ਼ੀ ਕੀਤੀ ਹੈ। ਜੇ ਕੰਮ 10% ਹੋਏ ਆ ਅਤੇ 90% ਉਹਦਾ ਪ੍ਰਚਾਰ ਹੋਇਆ, ਅਤੇ ਜਦੋਂ ਪੰਜਾਬ 'ਚ ਸਰਕਾਰ ਬਣ ਗਈ ਆਮ ਆਦਮੀ ਪਾਰਟੀ ਦੀ, ਅਤੇ ਦਿੱਲੀ ਜਿਹੜੀ ਸਰਕਾਰ ਵੱਡੀ ਪੱਧਰ 'ਤੇ ਜਿੱਦਾਂ ਪੰਜਾਬ ਦੀ ਸਰਕਾਰ ਪਬਲਿਸਿਟੀ ਕਰਦੀ ਸੀ, ਦਿੱਲੀ ਦੀ ਸਰਕਾਰ ਨੇ ਪਬਲਿਸਿਟੀ ਕਰਨੀ ਬੰਦ ਕਰਤੀ। ਸਾਰੇ ਦੇਸ਼ 'ਚ ਆਮ ਆਦਮੀ ਪਾਰਟੀ ਦਾ ਪ੍ਰਭਾਵ ਬਣਾਉਣ ਲਈ, ਅਕਸ ਬਣਾਉਣ ਲਈ, ਜਿਹੜੇ ਪੰਜਾਬ ਦੇ ਕੀਤੇ ਹੋਏ ਕੰਮ ਆ ਉਹਨਾਂ ਦੇ ਹਵਾਲੇ ਨਾਲ ਸਾਰੇ ਦੇਸ਼ ਦੇ ਅਖਬਾਰਾਂ 'ਚ, ਸਾਰੇ ਦੇਸ਼ ਦੇ ਟੀ ਵੀ ਚੈਨਲਾਂ 'ਤੇ, ਨੈਸ਼ਨਲ ਵੀ ਅਤੇ ਲੋਕਲ ਪੱਧਰ 'ਤੇ ਵੀ ਵੱਡੀ ਪੱਧਰ 'ਤੇ ਇਹਨਾਂ ਨੇ ਇਸ਼ਤਿਹਾਰਬਾਜ਼ੀ ਕੀਤੀ ਹੈ। ਅਤੇ ਪਹਿਲਾਂ ਇਹ ਕਹਿੰਦੇ ਸੀਗੇ, ਜੇ ਭਗਵੰਤ ਮਾਨ ਹੋਰੀ ਕਹਿੰਦੇ ਸੀ, ਜਦੋਂ ਤੁਸੀਂ ਕੰਮ ਕਰ ਹੀ ਰਹੇ ਹਾਂ ਅਤੇ ਕੰਮ ਦਾ ਤਾਂ ਲੋਕਾਂ ਨੂੰ ਪਤਾ ਲੱਗ ਹੀ ਜਾਂਦਾ, ਅਤੇ ਤੁਹਾਨੂੰ ਪ੍ਰਚਾਰ ਕਰਨ ਦੀ ਇੰਨਾ ਕੀ ਲੋੜ ਹੈ? ਅਤੇ ਇੱਕ ਮੰਤਰੀ ਬਾਅਦ 'ਚ ਇਹ ਵੀ ਕਹਿਣ ਲੱਗ ਗਏ ਸੀ, ਮੰਤਰੀ ਅਮਨ ਅਰੋੜਾ ਦਾ ਬਿਆਨ ਸੀ ਔਨ ਰਿਕਾਰਡ, ਉਹ ਕਹਿੰਦੇ ਕਿ ਜੇ ਚੰਗਾ ਕੰਮ ਕੀਤਾ ਫਿਰ ਦਿਖਾਈਏ ਕਿਉਂ ਨਾ ਪੂਰੇ ਦੇਸ਼ 'ਚ। ਉਹਦੇ ਤਾਂ ਜੇ ਸੁਵਿਧਾ ਆਪਣੀ ਸੁਵਿਧਾ ਸਹੂਲਤ ਮੁਤਾਬਕ ਤੁਸੀਂ ਆਪਣੇ ਕੋਨਸੈਪਟ ਆ ਤੁਸੀਂ ਉਹ ਬਦਲ ਲੈਂਦੇ ਆ, ਪਹਿਲਾਂ ਤੁਸੀਂ ਸੱਤਾ ਤੋਂ ਬਾਹਰ ਆਉਂਦੇ ਆ ਤੁਸੀਂ ਕੁਛ ਹੋਰ ਕਹਿੰਦੇ ਆ, ਸੱਤਾ 'ਚ ਆ ਜਾਂਦੇ ਆ ਤੁਸੀਂ ਕੁਛ ਹੋਰ ਕਹਿੰਦੇ ਆ, ਤੁਸੀਂ ਆਪਣੇ ਹੀ ਮਿਆਰ ਜਿਹੜੇ ਆਪਣੇ ਲਈ ਤੁਸੀਂ ਨਿਸ਼ਚਿਤ ਕੀਤੇ ਆ ਉਹੀ ਤੁਸੀਂ ਆਪਣੀ ਲੋੜ ਮੁਤਾਬਕ ਆਪਣੀ ਸਹੂਲਤ ਮੁਤਾਬਕ ਬਦਲ ਲੈਂਦੇ ਆ, ਕੁਛ ਵੀ ਕਹਿ ਸਕਦੇ ਆ। ਜੇ ਕੰਮ ਇੰਨਾ ਕੋਈ ਜ਼ਿਆਦਾ ਕੀਤਾ ਨਹੀਂ ਹੈਗਾ, ਜਿਹੜਾ ਤੁਸੀਂ ਜੇ ਅੱਜ ਸਕੂਲਾਂ ਦੀ ਹਾਲਤ ਲੈ ਲਓ, ਸਕੂਲ ਆਫ ਐਮੀਨੈਂਸ ਗਿਣਤੀ ਦੇ ਇਹਨਾਂ ਨੇ ਬਣਾਇਆ, ਉੱਥੇ ਪੂਰੀਆਂ ਸਹੂਲਤਾਂ ਨਹੀਂ ਹੋਈਆਂ, ਅਤੇ ਜਿਹੜੇ ਬਾਕੀ ਸਕੂਲਾਂ 'ਚ ਟੀਚਰ ਹੈ ਨਹੀਂ ਗੇ, ਲੋੜੀਂਦਾ ਅਮਲਾ ਹੈ ਨਹੀਂ, ਦਾ ਇਮਾਰਤਾਂ ਦੀ ਹਾਲਤ ਖਸਤਾ ਆ, ਇੱਕ ਇੱਕ ਕਮਰੇ 'ਚ ਕਿੰਨੀਆਂ ਕਿੰਨੀਆਂ ਕਲਾਸਾਂ ਚੱਲ ਰਹੀਆਂ, ਅਤੇ ਰਿਜ਼ਲਟ ਜਿਹੜੇ ਆ ਜਿਹੜੇ ਟੀਚਰਾਂ ਨੂੰ ਕਹਿ ਕੇ ਲੋੜ ਤੋਂ ਵੱਧ ਨੰਬਰ ਲਵਾ ਕੇ ਜਿਹੜੇ ਜਾਅਲੀ ਤੌਰ 'ਤੇ ਰਿਜ਼ਲਟ ਬਣਵਾਏ ਜਾ ਰਹੇ ਆ, ਬਹੁਤ ਸਾਰੇ ਅਧਿਆਪਕ ਜਿਨ੍ਹਾਂ ਤੋਂ ਜਾਣਕਾਰੀ ਮਿਲੀ ਹੈ ਉਹਨਾਂ ਨੂੰ ਹਦਾਇਤਾਂ ਸੀਗੀਆਂ ਕਿ ਤੁਸੀਂ ਕਿਸੇ ਨੂੰ ਫੇਲ ਨਹੀਂ ਕਰਨਾ, ਵੱਧ ਤੋਂ ਵੱਧ ਨੰਬਰ ਲਾਓ। ਹਦਾਇਤਾਂ ਵਾਲੀ ਗੱਲ ਇੱਕ ਅੱਜ ਕੱਲ੍ਹ ਹੋਰ ਚਰਚਾ ਵਿੱਚ ਹੈ, ਜਿਹੜੇ ਨਹਿਰੀ ਪਟਵਾਰੀਆਂ ਦੇ ਉੱਤੇ ਕਹਿੰਦੇ ਦਬਾਅ ਬਹੁਤ ਬਣਿਆ, ਕਹਿੰਦੇ ਉਹ ਵੀ ਅੰਕੜੇ ਆ ਜਿਹੜੇ ਦਬਾਅ ਨਾਲ ਪਵਾਏ ਜਾ ਰਹੇ ਨੇ, ਉਹ ਵੀ ਅੱਜ ਚਰਚਾ ਹੋ ਰਹੀ ਹੈ। ਉਹਦੇ ਬਾਰੇ ਗੱਲ ਸਮਝ ਨਹੀਂ ਆ ਰਹੀ, 2 ਗੱਲਾਂ ਉਹਦੇ ਬਾਰੇ ਸਾਹਮਣੇ ਆ ਰਹੀਆਂ ਕਿ ਨਹਿਰੀ ਪਟਵਾਰੀਆਂ 'ਤੇ ਇੱਕ ਤਾਂ ਦਬਾਅ ਕਹਿੰਦੇ ਇਸ ਲਈ ਪਾਇਆ ਜਾ ਰਿਹਾ ਕਿ ਜਿਹੜਾ ਕਿਉਂਕਿ ਪੰਜਾਬ ਅਤੇ ਹਰਿਆਣੇ ਦੇ ਦਰਮਿਆਨ ਸਤਲੁਜ ਜਮਨਾ ਲਿੰਕ ਨਹਿਰ ਦੇ ਮਾਮਲੇ 'ਤੇ ਕੋਈ ਫੈਸਲਾ ਨਹੀਂ ਹੋ ਸਕਿਆ, ਕੋਈ ਸਹਿਮਤੀ ਨਹੀਂ ਹੋ ਸਕੀ, ਹੁਣ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ ਕੇਂਦਰ ਦੀ ਸਰਕਾਰ ਨੇ ਕੋਈ ਫੈਸਲਾ ਜਿਹੜਾ ਪੰਜਾਬ 'ਤੇ ਠੋਸਣਾ ਉਹਨਾਂ ਨੇ, ਉਹਦੇ ਲਈ ਇਹ ਕਿਹਾ ਜਾ ਰਿਹਾ ਕਿ ਸਿਧਾਂਤਕ ਤੌਰ 'ਤੇ ਆਮ ਆਦਮੀ ਪਾਰਟੀ ਜਿਹੜੀ ਹਰਿਆਣੇ ਨੂੰ ਅਤੇ ਰਾਜਸਥਾਨ ਨੂੰ ਪਾਣੀ ਦੇਣ ਦੀ ਵਿਰੋਧੀ ਨਹੀਂ ਹੈ। ਇਹਨਾਂ ਨੇ ਤਾਂ ਇੱਕ ਜਿਹੜਾ
ਲੋਕ ਸਭਾ ਦਾ ਮੈਂਬਰ ਸੀਗਾ, ਉਹਦੇ ਨਾਲ ਬਠਿੰਡੇ 'ਚ ਇੱਕ ਗੁਪਤ ਮੀਟਿੰਗ ਕੀਤੀ ਸੀ। ਉਸ ਪਾਰਟੀ ਨਾਲ ਰਲ ਕੇ ਇਹ ਰਾਜਸਥਾਨ 'ਚ ਵਿਧਾਨ ਸਭਾ ਦੀਆਂ ਚੋਣਾਂ ਲੜਨਾ ਚਾਹੁੰਦੇ ਸੀਗੇ, ਉਹਨਾਂ ਨਾਲ ਗੁਪਤ ਮੀਟਿੰਗ ਕੀਤੀ ਸੀਗੀ ਪਾਣੀ ਦੇਣ ਬਾਰੇ। ਅਤੇ ਸਿਧਾਂਤਕ ਤੌਰ 'ਤੇ ਜਿਹੜੀ ਆਮ ਆਦਮੀ ਪਾਰਟੀ ਹਰਿਆਣੇ ਨੂੰ ਅਤੇ ਰਾਜਸਥਾਨ ਨੂੰ ਪਾਣੀ ਹੋਰ ਦੇਣ ਦੇ ਮਾਮਲੇ 'ਚ ਇਹਦੀ ਵਿਰੋਧ ਨਹੀਂ ਹੈਗੀ। ਇੱਕ ਤਾਂ ਇਹ ਗੱਲ ਆ ਰਹੀ ਹੈ ਕਿ ਇਹ ਜਿਹੜਾ ਸਰਵੇ ਇਸ ਤਰ੍ਹਾਂ ਦੇ ਅੰਕੜੇ ਜਾਂ ਲਏ ਜਾ ਰਹੇ ਆ, ਉਹ ਦਿਖਾਇਆ ਜਾਏ ਕਿ ਪੰਜਾਬ 'ਚ ਨਹਿਰੀ ਪਾਣੀ ਦੀ ਕੋਈ ਤੰਗੀ ਨਹੀਂ ਹੈਗੀ। ਜਿਹੜਾ ਨਹਿਰੀ ਪਾਣੀ ਲੈਂਦੇ ਆ ਕਿਸਾਨ, ਉਹਨਾਂ ਨੂੰ ਪੂਰਾ ਪਾਣੀ ਮਿਲ ਰਿਹਾ। ਅਤੇ ਇੱਕ ਤਾਂ ਇਹ ਗੱਲ ਹੈ, ਅਤੇ ਦੂਜੀ ਗੱਲ ਇਹ ਕਹੀ ਜਾ ਰਹੀ ਹੈ ਕਿ ਸਰਕਾਰ ਜਿਹੜੀ ਨਹਿਰੀ ਪਾਣੀ ਦਾ ਅਭਿਆਨਾਂ ਵਸੂਲਣਾ ਚਾਹੁੰਦੀ ਹੈ, ਅਤੇ ਇਸ ਕਰਕੇ ਅੰਕੜੇ ਲਏ ਜਾ ਰਹੇ ਜਿਨ੍ਹਾਂ ਦੇ ਥੋੜ੍ਹਾ ਪਾਣੀ ਵੀ ਜਾਂ ਇੱਕ ਦੋ ਵਾਰ ਵੀ ਪਾਣੀ ਲੱਗਦਾ, ਉਹ ਦਿਖਾਇਆ ਜਾ ਰਿਹਾ ਕਿ 100% ਪਾਣੀ ਇਹ ਜ਼ਮੀਨ ਨੂੰ ਲੱਗ ਰਿਹਾ। ਅਤੇ ਇਹਦੇ 'ਚੋਂ ਕਿਹੜੀ ਗੱਲ ਸੱਚੀ ਆ, ਕਿਹੜੀ ਗੱਲ ਸਹੀ, ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਇੱਕ ਇਸ ਸਰਕਾਰ ਦੇ ਦੌਰਾਨ ਜਿੱਥੇ ਸਿਆਸੀ ਇੱਛਾ ਸ਼ਕਤੀ ਆ ਉਹ ਤਾਂ ਤੁਸੀਂ ਮੋਟੇ ਮੋਟੇ ਰੂਪ 'ਚ ਦੱਸ ਹੀ ਰਹੇ ਹੋ, ਇੱਕ ਅਫਸਰਸ਼ਾਹੀ ਹੈ ਜਿਹੜੀ IAS ਲੌਬੀ ਹੈ ਜਾਂ IPS ਹੈ, ਪੁਲਿਸ ਦਾ ਪ੍ਰਸ਼ਾਸਨ ਹੈ, ਉਹਦੇ 25 ਮਹੀਨਿਆਂ ਦੀ ਕਾਰਗੁਜ਼ਾਰੀ ਦੇ ਉੱਤੇ ਨਜ਼ਰ ਜੇ ਮਾਰੀਏ ਤਾਂ, ਕਿਉਂਕਿ ਕਈ ਵਾਰੀ ਫੈਸਲਿਆਂ ਦੇ ਉੱਤੇ ਯੂਟਰਨ ਵੀ ਬਥੇਰੇ ਆਏ ਆ, ਉਹਦੇ ਵਿੱਚ ਤੁਹਾਨੂੰ ਕਿੱਥੇ ਨੁਕਸ ਜਾਪਦਾ? ਉਹਦੇ 'ਚ ਸੰਦੀਪ ਜੀ ਮੈਨੂੰ ਲੱਗਦਾ ਕਿ ਜਿਹੜੀ ਇਸ ਸਰਕਾਰ ਨੂੰ ਚਲਾ ਰਹੀ ਹੈ, ਜੋ ਆਮ ਲੋਕ ਦੋਸ਼ ਲਾਉਂਦੇ ਆ, ਰਾਜਨੀਤਿਕ ਹਲਕਿਆਂ 'ਚ ਹਮੇਸ਼ਾ ਚਰਚਾ ਰਹਿੰਦੀ ਹੈ ਕਿ ਦਿੱਲੀ ਟੀਮ ਇਸ ਸਰਕਾਰ ਨੂੰ ਚਲਾਉਂਦੀ ਹੈ, ਅਤੇ ਉਹਦੇ 'ਚ ਇਹਨਾਂ ਦੇ ਕੁਛ ਜਿਹੜੇ ਉੱਥੋਂ ਲੋਕ ਆਏ ਆ ਇੱਥੇ ਚੰਡੀਗੜ੍ਹ 'ਚ ਵੱਖ ਵੱਖ ਕੋਠੀਆਂ 'ਚ ਉਹਨਾਂ ਨੂੰ ਬਿਠਾਇਆ ਗਿਆ, ਉਹ ਇਹਨਾਂ ਦਾ ਚਾਹੇ ਇਹਨਾਂ ਕੋਲ 92 MLA ਆ, ਉਹ ਕੋਈ ਵੀ ਆਪਣੇ ਤੌਰ 'ਤੇ ਜਿਹੜਾ ਕੋਈ ਬਿਆਨ ਜਾਰੀ ਨਹੀਂ ਕਰ ਸਕਦਾ। ਪਹਿਲਾਂ ਬਿਆਨ ਚੰਡੀਗੜ੍ਹ ਜਾਂਦੇ ਆ, ਉੱਥੋਂ ਬਿਆਨ ਕਲੀਅਰ ਹੁੰਦੇ ਆ, ਫਿਰ ਜਿਹੜੇ ਆ ਉਹ ਬਿਆਨ 'ਚ ਪ੍ਰੈਸ ਨੂੰ ਜਾਰੀ ਹੁੰਦੇ ਆ। ਇੱਥੋਂ ਤੱਕ ਸਪੋਟ ਕਵਰੇਜ ਦੀਆਂ ਖਬਰਾਂ ਵੀ ਪਹਿਲਾਂ ਚੰਡੀਗੜ੍ਹ ਪਹੁੰਚਦੀਆਂ, ਉਹ ਤੋਂ ਬਾਅਦ ਫਿਰ ਦੂਜੀਆਂ ਰਿਲੀਜ਼ ਹੋਣੀਆਂ। ਅਤੇ ਉਹਦੇ 'ਚ ਪ੍ਰਸ਼ਾਸਨਿਕ ਤੌਰ 'ਤੇ ਵੀ ਦਿੱਲੀ ਟੀਮ ਮਹੱਤਵਪੂਰਨ ਫੈਸਲੇ ਕਰਦੀ ਹੈ ਜੋ ਦੋਸ਼ ਲੱਗ ਰਹੇ ਆ। ਅਤੇ ਉਹਦੇ 'ਚ ਜਿਹੜਾ ਲੱਗਦਾ ਇਹੀ ਆ ਕਿ ਜਿਹੜੀ ਪੰਜਾਬ ਦੀ ਸੀਨੀਅਰ ਅਫਸਰ ਸ਼ਾਹੀ ਵੀ ਹੈ, ਉਹਦੀ ਵੀ ਗੱਲ ਸ਼ਾਇਦ ਪੂਰੀ ਤਰ੍ਹਾਂ ਮੰਨੀ ਨਹੀਂ ਜਾਂਦੀ ਇਹਨਾਂ ਵੱਲੋਂ। ਅਤੇ ਨਹੀਂ ਤਾਂ ਸਾਡੇ ਜਿਹੜੇ IPS IAS ਅਧਿਕਾਰੀ ਆ, ਉਹਨਾਂ ਦਾ ਇੰਨਾ ਤਜਰਬਾ, ਇੰਨਾ ਚਿਰ ਤੋਂ ਉਹਨਾਂ ਨੇ ਵੱਖ ਵੱਖ ਸਰਕਾਰਾਂ ਨੇ ਕੰਮ ਕੀਤਾ, ਅਤੇ ਜੇ ਉਹਨਾਂ ਦੀ ਰਾਇ ਲੈ ਕੇ ਜਿਹੜੇ ਕੰਮ ਕੀਤੇ ਜਾਣ, ਤਾਂ ਹੋ ਸਕਦਾ ਸਰਕਾਰ ਨੂੰ U-turn ਇੰਨੇ ਲੈਣੇ ਨਾ ਪੈਂਦੇ ਜਾਂ ਲੈਣੇ ਨਾ ਪੈਣ। ਅਤੇ ਜੇ ਏਜੰਡਾ ਦਿੱਲੀ ਤੋਂ ਤੈਅ ਹੋਵੇ, ਅਤੇ ਉਹਨਾਂ ਦਾ ਵੀ ਜਿਹੜੀ ਦਿੱਲੀ ਦੀ ਟੀਮ ਹੈ, ਉਹਨਾਂ ਦਾ ਵੀ ਇੰਨਾ ਤਜਰਬਾ ਤਾਂ ਹੈ ਨਹੀਂ ਦੂਜੇ ਸੂਬਿਆਂ 'ਚ ਸਰਕਾਰਾਂ ਚਲਾਉਣ ਦਾ। ਦਿੱਲੀ ਦੀਆਂ ਸਥਿਤੀਆਂ ਵੱਖਰੀਆਂ, ਪੰਜਾਬ ਦੀਆਂ ਵੱਖਰੀਆਂ ਹੈ, ਅਤੇ ਉਹਦੇ 'ਚ ਹੋ ਸਕਦਾ ਕਿ ਜਿਹੜਾ ਦਿੱਲੀ ਦੀ ਟੀਮ ਦੀ ਦਾ ਕਿਹਾ ਜ਼ਿਆਦਾ ਮੰਨਿਆ ਜਾ ਰਿਹਾ, ਪੰਜਾਬ ਦੇ ਸੀਨੀਅਰ ਅਫਸਰ ਹੈ ਉਹਨਾਂ ਦਾ ਘੱਟ ਮੰਨਿਆ ਜਾ ਰਿਹਾ। ਜਦੋਂ ਉਹਨਾਂ ਦਾ ਸੀਨੀਅਰ ਅਫਸਰਾਂ ਦਾ ਤੁਸੀਂ ਕਹਿਣਾ ਹੀ ਨਹੀਂ ਮੰਨਣਾ, ਅਤੇ ਫਿਰ ਉਹਦੇ ਆਪਣੇ ਤੌਰ 'ਤੇ ਫੈਸਲੇ ਲੈਣੇ ਆ, ਉਹ ਤੁਹਾਨੂੰ ਡਾਕੂਮੈਂਟ ਤਾਂ ਜਿੱਦਾਂ ਤੁਸੀਂ ਚਾਹੁੰਦੇ ਆ ਉਹਦਾ ਤਿਆਰ ਕਰਕੇ ਦੇ ਦੇਣਗੇ, ਅਤੇ ਪਰ ਉਹ ਕਾਨੂੰਨੀ ਤੌਰ 'ਤੇ ਉਹ ਫਿਰ ਅੱਗੇ ਜਿਹੜੇ ਆ ਮਸਲੇ ਖੜ੍ਹੇ ਹੋ ਜਾਂਦੇ ਆ। ਤੁਸੀਂ ਦੱਸਿਆ ਕਿ ਸਮੱਸਿਆਵਾਂ ਜਿਵੇਂ ਕਿ ਕਰਕੇ ਆਪਾਂ ਚਰਚਾ ਕਰ ਰਹੇ ਹਾਂ ਜਾਂ ਲੋਕਾਂ ਦੀ ਜ਼ੁਬਾਨ 'ਤੇ ਨੇ ਕਿ ਆਹ ਪ੍ਰੋਬਲਮ ਹੈਗੀ ਹੈ, ਸੋਲਵ ਨਹੀਂ ਹੋਈ, ਜਦੋਂ ਕੋਈ ਗੱਲ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਪੁੱਛੀ ਜਾਂਦੀ, ਇੱਥੋਂ ਤੱਕ ਕਿ ਮੁੱਖ ਮੰਤਰੀ ਨੂੰ ਵੀ ਪੁੱਛਿਆ ਜਾਵੇ ਜੇ, ਉਹ ਇਹ ਕਹਿ ਦਿੰਦੇ ਆ ਕਿ ਪੁਰਾਣਿਆਂ ਨੇ ਨਾ ਪਾਪ ਹੀ ਇੰਨੇ ਕੀਤੇ ਆ, ਕੰਡੇ ਹੀ ਇੰਨੇ ਬੀਜੇ ਆ ਕਿ ਚੁਗਣ 'ਤੇ ਸਮਾਂ ਲੱਗ ਰਿਹਾ, ਉਹਨਾਂ ਦੇ ਕੀਤੇ ਹੋਏ ਸਾਡੇ ਉੱਤੇ ਪੈ ਰਿਹਾ ਬੋਝ। ਦੇਖੋ ਜੀ, ਜਦੋਂ ਵੀ ਕੋਈ ਸਰਕਾਰ ਬਦਲਦੀ ਹੈ ਅਤੇ ਨਵੀਂ ਸਰਕਾਰ ਆਉਂਦੀ ਹੈ, ਉਹ ਜਿਹੜੇ ਵੀ ਕੰਮ ਉਹ ਤੋਂ ਹੁੰਦੇ ਨਹੀਂ ਹੈਗੇ, ਉਹਨਾਂ ਦਾ ਸਾਰਾ ਹੀ ਭਾਂਡਾ ਪਿਛਲੀ ਸਰਕਾਰ 'ਤੇ ਭੰਨ ਦਿੰਦੇ ਆ ਕਿ ਉਹ ਸਥਿਤੀ ਇੰਨੀ ਖਰਾਬ ਕਰ ਗਏ, ਅਸੀਂ ਤਾਂ ਯਤਨ ਕਰ ਰਹੇ ਹਾਂ, ਸਾਡੇ ਤੋਂ ਠੀਕ ਹੋ ਨਹੀਂ ਰਹੀ, ਇਹਨੂੰ ਸਮਾਂ ਲੱਗੂਗਾ। ਇਹੀ ਦਲੀਲ ਜਿਹੜੀ ਦਿੱਤੀ ਜਾਂਦੀ ਹਰ ਸਰਕਾਰ ਜਿਹੜੀ ਨਵੀਂ ਆਉਂਦੀ ਆ, ਬਹੁਤ ਸਾਰੇ ਮਸਲਿਆਂ 'ਤੇ ਪਿਛਲੀ ਸਰਕਾਰ ਨੂੰ ਦੋਸ਼ੀ ਠਹਿਰਾ ਦਿੰਦੀ ਆ। ਅਤੇ ਆਪਾਂ ਤਾਂ ਅੱਜ 10 ਸਾਲ ਨਰਿੰਦਰ ਮੋਦੀ ਨੇ ਰਾਜ ਕਰ ਲਿਆ, ਹੁਣ ਵੀ ਬਹੁਤ ਸਾਰੇ ਮਸਲਿਆਂ ਲਈ ਪੰਡਿਤ ਜਵਾਹਰ ਲਾਲ ਨਹਿਰੂ ਤੱਕ ਨੂੰ ਦੋਸ਼ ਦਿੱਤਾ ਜਾਂਦਾ। ਇਹ ਸਰਕਾਰਾਂ ਦੀ ਜਵਾਬ ਦੇਣ ਦਾ ਆਪਣਾ ਢੰਗ ਹੁੰਦਾ ਵੀ ਜੋ ਸਾਤੋਂ ਨਹੀਂ ਹੋਇਆ ਜਾਂ ਸਾਤੋਂ ਨਹੀਂ ਹੋ ਸਕਦਾ
ਸਕਿਆ ਜਾਂ ਸਾਡੀਆਂ ਕਮੀਆਂ ਕਮਜ਼ੋਰੀਆਂ ਰਹਿ ਗਈਆਂ ਉਹ ਸਾਰੀਆਂ ਜਿਹੜੀਆਂ ਪਿਛਲੀ ਸਰਕਾਰ ਦੇ ਖਾਤੇ 'ਚ ਪਾ ਦਿਓ। ਜਿਵੇਂ ਇੱਥੋਂ ਦੀ ਸਰਕਾਰ 'ਚ ਜਿਵੇਂ ਦਿੱਲੀ ਦੇ ਦਬਾਅ ਦਾ ਦੋਸ਼ ਹੈ, ਅਰਵਿੰਦ ਕੇਜਰੀਵਾਲ ਦਾ ਤਾਜ਼ਾ ਭਾਸ਼ਣ ਹੈ ਪੰਜਾਬ ਦੇ ਅੰਦਰ, ਉਹ ਤਾਂ ਲੋਕਾਂ ਨੂੰ ਇੱਥੋਂ ਵਾਲਿਆਂ ਨੂੰ ਅਪੀਲ ਕਰ ਰਿਹਾ ਕਿ ਮੈਨੂੰ ਵੋਟ ਇਸ ਕਰਕੇ ਪਾਓ, ਆਮ ਆਦਮੀ ਨੂੰ ਇਸ ਕਰਕੇ ਵੋਟ ਪਾਓ ਪਾਰਟੀ ਨੂੰ, ਕਿਉਂਕਿ ਮੈਨੂੰ ਆਜ਼ਾਦੀ ਚਾਹੀਦੀ ਹੈ ਔਰ ਤੁਸੀਂ ਆਜ਼ਾਦੀ ਦਵਾ ਸਕਦੇ ਹੋ। ਉਹਦੇ 'ਚ ਸੰਦੀਪ ਜੀ ਗੱਲ ਇਹ ਆ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀ ਵੋਟ ਪਾਉਣੀ ਚਾਹੀਦੀ ਹੈ ਉਹ ਆਪਣੇ ਮੁੱਦਿਆਂ 'ਤੇ ਉੱਤੇ ਪਾਉਣੀ ਚਾਹੀਦੀ ਹੈ। ਉਹਨਾਂ ਨੂੰ ਦੇਖਣਾ ਚਾਹੀਦਾ ਜਿਹੜੀਆਂ ਪਾਰਟੀਆਂ ਚੋਣਾਂ ਲੜ ਰਹੀਆਂ ਉਹਨਾਂ ਲਈ ਉਹ ਕੀ ਕਰ ਸਕਦੀਆਂ ਜਾਂ ਕੀ ਕੀਤਾ ਉਹਨਾਂ ਨੇ। ਇਹਦੇ ਪੰਜਾਬ ਇਸ ਵੇਲੇ ਬਹੁਤ ਪੱਖੀ ਜਿਹੜੇ ਮਸਲਿਆਂ 'ਚ ਘਿਰਿਆ ਹੋਇਆ, ਚਾਹੇ ਉਹ ਦੂਜੇ ਧਰਤੀ ਹੇਠਲੇ ਪਾਣੀ ਦੀ ਗੱਲ ਕਰੀਏ, ਦਿਨੋਂ ਦਿਨ ਡੂੰਘਾ ਹੁੰਦਾ ਜਾ ਰਿਹਾ। ਇੱਕ ਤੋਂ ਬਾਅਦ ਇੱਕ ਰਿਪੋਰਟਾਂ ਆ ਰਹੀਆਂ ਕਿ 15-20 ਸਾਲ ਦਾ ਇੱਥੇ ਪਾਣੀ ਰਹਿ ਗਿਆ, ਅਤੇ ਖੇਤੀ ਤਾਂ ਰਹੀ ਇੱਕ ਪਾਸੇ, ਸਾਨੂੰ ਤਾਂ ਪੀਣ ਲਈ ਪਾਣੀ ਨਹੀਂ ਲੱਭਣਾ। ਪੰਜਾਬ ਦਾ ਭਖਦਾ ਮੁੱਦਾ, ਪਾਣੀਆਂ ਦਾ ਮੁੱਦਾ, ਫਿਰ ਅਸੀਂ ਸਾਲ 'ਚ 2 ਵਾਰ ਜਿਹੜੀ ਆ ਜਿਹੜੀ ਖੇਤਾਂ ਨੂੰ, ਨਾੜ ਨੂੰ, ਕਣਕ ਅਤੇ ਪਰਾਲੀ ਦੇ ਨਾੜ ਨੂੰ ਅੱਗ ਲਾਉਂਦੇ ਹਾਂ ਜਿਹੜੇ ਨਾੜ ਨੂੰ, ਉਹਦੇ ਨਾਲ ਜਿੰਨਾ ਵਾਤਾਵਰਨ ਦਾ ਨੁਕਸਾਨ ਹੁੰਦਾ, ਜਿਸ ਤਰ੍ਹਾਂ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ, ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ। ਉਹ ਤੋਂ ਇਲਾਵਾ ਸਨਅਤਾਂ ਜਿਹੜੀਆਂ ਸਾਡੀਆਂ ਜਿੱਦਾਂ ਡਿਵੈਲਪ ਹੋਣੀਆਂ ਚਾਹੀਦੀਆਂ ਸੀਗੀਆਂ, 1970 ਦੇ ਨੇੜੇ ਤੇੜੇ ਤੱਕ ਖੇਤੀ 'ਚ ਗ੍ਰੀਨ ਰੈਵੋਲਿਊਸ਼ਨ ਹੋ ਗਿਆ ਸੀ, ਕਾਫੀ ਪ੍ਰੋਡਕਸ਼ਨ ਐਗਰੀਕਲਚਰ ਸ਼ੁਰੂ ਹੋ ਗਈ ਸੀ, ਕੋਈ ਵੀ ਸੁਸਾਇਟੀ ਕੋਈ ਵੀ ਪ੍ਰਾਂਤ ਐਗਰੀਕਲਚਰ ਤੋਂ ਸ਼ੁਰੂ ਕਰਕੇ ਇੰਡਸਟਰੀ, ਇੰਡਸਟਰੀ ਤੋਂ ਸਰਵਿਸਿਜ਼ ਤੱਕ ਜਾਂਦਾ, ਸਾਡੀ ਆਰਥਿਕਤਾ ਅਧੂਰੀ ਰਹੀ ਆ। ਅਸੀਂ ਖੇਤੀਬਾੜੀ 'ਤੇ ਖੜ੍ਹੇ ਰਹੇ ਹਾਂ, ਉਹਦਾ ਸਿੱਟਾ ਨੇ, ਕਿਉਂਕਿ ਕਣਕ ਝੋਨਾ ਕੇਂਦਰ ਖਰੀਦ ਲੈਂਦਾ ਸੀ ਅਤੇ ਪੰਜਾਬ ਦੇ ਲੋਕ ਵੇਚ ਕੇ ਆਪਣਾ ਕੰਮ ਕੁੰਮ ਚਲਾਈ ਗਏ। ਇੱਥੇ ਦੀਆਂ ਕੇਂਦਰੀ ਸਰਕਾਰਾਂ ਨੇ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਜਿਹੜੀ ਕੋਈ ਇਹੋ ਜਿਹੀ ਨੀਤੀ ਨਹੀਂ ਬਣਾਈ ਵੀ ਸਨ ਖੇਤੀ ਆਧਾਰਿਤ ਸਨਅਤਾਂ ਲਗਾਈਏ, ਅਤੇ ਹੌਲੀ ਹੌਲੀ ਜਿਹੜੇ ਖੇਤੀ ਤੋਂ ਵਾਧੂ ਜਿਹੜੀ ਸਾਡੀ ਮਨੁੱਖੀ ਸ਼ਕਤੀ ਆ ਉਹਨੂੰ ਸਨਅਤਾਂ 'ਚ ਲਾਇਆ ਜਾਏ, ਉਹਨਾਂ ਨੂੰ ਰੁਜ਼ਗਾਰ ਮਿਲਣ। ਇਹਦਾ ਸਿੱਟਾ ਜੇ ਇਹ ਨਿਕਲਿਆ ਕਿ ਜਿਹੜਾ ਕੰਮ 1970 'ਚ ਹੋਣਾ ਚਾਹੀਦਾ ਸੀ ਉਹ ਅੱਜ ਤੱਕ ਨਹੀਂ ਹੋਇਆ, ਅਤੇ ਅੱਜ +2 ਤੋਂ ਬਾਅਦ ਬੱਚਿਆਂ ਨੂੰ ਇੱਥੇ ਪਤਾ ਹੀ ਨਹੀਂ ਲੱਗਦਾ ਸੀ ਕਰਨਾ ਕੀ ਹੈ, ਅਤੇ ਪੰਜਾਬ ਉਜੜ ਰਿਹਾ। ਅਤੇ ਵੱਡੀ ਪੱਧਰ 'ਤੇ ਸਾਡੇ ਨੌਜਵਾਨ ਆ ਜਿਹੜੇ +2 ਪਹਿਲਾਂ ਤਾਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜਾਂਦੇ ਸੀ, ਹੁਣ ਉਹ +2 ਤੋਂ ਬਾਅਦ ਹੀ ਜਾਣ ਲੱਗਾ। ਪਿੰਡਾਂ ਦੇ ਪਿੰਡ ਸਾਡੇ ਖਾਲੀ ਹੋ ਰਹੇ ਆ, ਪਾਣੀ ਸਾਡਾ ਮੁੱਕ ਰਿਹਾ, ਜੂਥ ਸਾਡਾ ਭੱਜ ਰਿਹਾ। ਅਤੇ ਇਸ ਸਮੇਂ ਜਿਹੜੀਆਂ ਕੋਈ ਲੋਕਾਂ ਨੇ, ਪੰਜਾਬਦਿਆਂ ਨੇ ਵੋਟਾਂ ਪਾਉਣੀਆਂ, ਉਹ ਜਿਹੜੀਆਂ ਆਪਣੀ ਉਸ ਪਾਰਟੀ ਨੂੰ ਪਾਉਣੀਆਂ ਚਾਹੀਦੀਆਂ ਜਿਹੜੀ ਭਰੋਸਾ ਦਵਾਵੇ ਅਸੀਂ ਖੇਤੀਬਾੜੀ ਨੂੰ ਲਾਭਕਾਰੀ ਬਣਾਵਾਂਗੇ, ਅਸੀਂ ਸਨਅਤਾਂ ਇੱਥੇ ਲੈ ਕੇ ਆਵਾਂਗੇ, ਅਸੀਂ ਜਿਹੜਾ ਪੰਜਾਬ ਦਾ ਪਾਣੀ ਥੱਲੇ ਦਿਨੋਂ ਦਿਨ ਜਾ ਰਿਹਾ ਉਹਦੀ ਰੀਚਾਰਜਿੰਗ ਲਈ ਕੋਈ ਅਸੀਂ ਬਲਿਊ ਪ੍ਰਿੰਟ ਲੈ ਕੇ ਆਵਾਂਗੇ, ਅਸੀਂ ਪੰਜਾਬ ਦੇ ਵਾਤਾਵਰਨ ਨੂੰ ਬਿਹਤਰ ਬਣਾਵਾਂਗੇ, ਰਹਿਣ ਯੋਗ ਬਣਾਵਾਂਗੇ। ਜਿਹੜੀ ਕੋਈ ਇਹ ਜਿਹੜੇ ਸਾਡੇ ਬੁਨਿਆਦੀ ਸਰੋਕਾਰ ਆ ਇਹਨਾਂ ਨੂੰ ਐਡਰੈਸ ਕਰਦੀ ਹੈ ਕੋਈ ਪਾਰਟੀ, ਸਮਾਂ ਸਾਡੀਆਂ ਇਸ ਵੇਲੇ ਜਿੰਨੀਆਂ ਵੀ ਪਾਰਟੀਆਂ 'ਤੇ ਚੋਣਾਂ ਲੜ ਰਹੀਆਂ, ਪੰਜਾਬ ਦੇ ਸੁਚੇਤ ਨਾਗਰਿਕ ਆ ਉਹਨਾਂ ਨੂੰ ਇਹ ਸਵਾਲ ਪੁੱਛਣੇ ਚਾਹੀਦੇ ਆ, ਉਹਨਾਂ ਤੋਂ ਇਹਨਾਂ ਦੇ ਜਵਾਬ ਲੈਣੇ ਚਾਹੀਦੇ ਆ। ਅਹਿਮ ਪੰਜਾਬ ਦੇ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਹੈ, ਪਰ ਪੋਲੀਟੀਕਲ ਪਾਰਟੀ ਪੰਜਾਬ ਦੇ ਅੰਦਰ ਜਿੰਨੀਆਂ ਵੀ ਮੈਦਾਨ 'ਚ ਨਿਤਰੀਆਂ ਹੋਈਆਂ ਕਿਸੇ ਦੇ ਭਾਸ਼ਣ 'ਚ ਗੱਲਾਂ ਨਜ਼ਰ ਨਹੀਂ ਆ ਰਹੀਆਂ, ਮਨਫੀ ਗੱਲਾਂ ਨਜ਼ਰ ਆਉਂਦੀਆਂ ਇਹ ਗੱਲਾਂ ਜਿਹੜੀਆਂ ਤੁਸੀਂ ਕਰ ਰਹੇ ਹੋ। ਇਹ ਬਹੁਤ ਦੁਖਾਂਤ ਵਾਲੀ ਗੱਲ ਹੈ ਕਿ ਪੰਜਾਬ 'ਚ ਜਿਹੜੀਆਂ ਰਾਜਨੀਤਿਕ ਪਾਰਟੀਆਂ ਚੋਣਾਂ ਲੜ ਰਹੀਆਂ, ਚਾਹੇ ABCD ਕੋਈ ਵੀ ਹੋਣ, ਉਹ ਪੰਜਾਬ ਦੇ ਭਖਦੇ ਮੁੱਦਿਆਂ ਦਾ ਦੀ ਚਿੰਤਾ ਅਤੇ ਚਿੰਤਨ ਹੀ ਨਹੀਂ ਕਰ ਰਹੀਆਂ। ਉਹਨਾਂ ਦੇ ਉਹਨਾਂ ਨੇ ਮਸਲਿਆਂ ਦੇ ਹੱਲ ਕੀ ਲੱਭਣੇ ਆ ਜੇ ਉਹ ਇਹਨਾਂ ਬਾਰੇ ਵਿਚਾਰ ਹੀ ਨਹੀਂ ਕਰ ਰਹੀਆਂ। ਉਹ ਨਿੱਜੀ ਕਿਸਮ ਦੀ ਤੁਮਤਬਾਜ਼ੀ ਆ, ਇੱਕ ਦੂਜੇ ਦਾ ਮਖੌਲ ਉਡਾਇਆ ਜਾ ਰਿਹਾ। ਇੱਕ ਪੰਜਾਬ ਦੀ ਰਾਜਨੀਤੀ 'ਚ ਗੰਭੀਰ ਗੱਲਾਂ ਘੱਟ ਹੋਣੀਆਂ ਅਤੇ ਜਿਹੜੀ ਉਹਨੂੰ ਕਹਿੰਦੇ ਕੋਮੇਡੀ ਜਿਹੜੀ ਆ ਪੰਜਾਬ ਦੀ ਰਾਜਨੀਤੀ 'ਚ ਜ਼ਿਆਦਾ ਹੋ ਰਹੀ ਆ। ਇਹ ਕਿਸੇ ਵੇਲੇ
ਪੰਜਾਬ ਜਿਹੜਾ ਦੇਸ਼ ਦਾ ਸਭ ਤੋਂ ਖੁਸ਼ਹਾਲ ਸੂਬਾ ਸੀਗਾ ਅਤੇ ਅੱਜ ਅਸੀਂ 16ਵੇਂ ਨੰਬਰ 'ਤੇ ਹਾਂ। ਅੱਗੇ ਆਉਣ ਵਾਲੇ ਸਮੇਂ 'ਚ ਅਸੀਂ 9ਵੇਂ ਨੰਬਰ 'ਤੇ ਹੋ ਜਾਵਾਂਗੇ ਕਹਿ ਨਹੀਂ ਸਕਦੇ। ਸਾਡੇ ਕਈ ਵਾਰ ਤਾਂ ਮਨ ਇੰਨਾ ਖਰਾਬ ਹੁੰਦਾ ਕਿ ਜੇ ਸਿੱਖ ਭਾਈਚਾਰੇ ਦੀ ਗੱਲ ਕਰੀਏ, ਉਹਨਾਂ ਦੀ ਕਰਮ ਭੂਮੀ ਅਤੇ ਜਨਮ ਭੂਮੀ ਇਹ ਹੈਗੀ ਆ। ਦੁਨੀਆਂ 'ਚ ਹਿੰਦੁਸਤਾਨ 'ਚ ਵੀ ਬਹੁਤ ਸਾਰੇ ਸੂਬੇ ਆ, ਪਰ ਇੱਕੋ ਹੀ ਆ ਜਿੱਥੇ ਸਿੱਖ ਘੱਟ ਗਿਣਤੀ ਦੇ ਲੋਕ ਵੱਸਦੇ ਆ, ਜਿਹਨਾਂ ਦਾ ਵਿਲੱਖਣ ਕਲਚਰ ਹੈ। ਆਉਣ ਵਾਲੇ ਸਮੇਂ 'ਚ ਜੇ ਇੱਥੇ ਰੋਟੀ ਰੋਜ਼ੀ ਦਾ ਨਵੀਂ ਪੀੜ੍ਹੀ ਦਾ ਪ੍ਰਬੰਧ ਨਹੀਂ ਕੀਤਾ ਗਿਆ, ਜਿੱਥੇ ਬਾਕੀ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ, ਚਾਹੇ ਹਿੰਦੂ ਆ, ਮੁਸਲਮਾਨ ਹੈ, ਈਸਾਈ, ਜਿਹੜੇ ਵੀ ਦਲਿਤ ਹੈ, ਜਿਹੜੇ ਇੱਥੇ ਰਹਿੰਦੇ ਆ, ਉਹਨਾਂ ਨੂੰ ਵੀ ਨੁਕਸਾਨ ਹੋਏਗਾ। ਹਾਲਾਤ ਇੱਦਾਂ ਦੇ ਪੈਦਾ ਹੋ ਜਾਣਗੇ ਕਿ ਤੁਹਾਨੂੰ ਇੱਥੇ ਕੋਈ ਪੰਜਾਬ 'ਚ ਪਗੜੀਧਾਰੀ ਕੋਈ ਨੌਜਵਾਨ ਨਾ ਲੱਭਣ। ਇਸ ਵੇਲੇ ਪਿੰਡਾਂ 'ਚ ਜਾਂਦੇ ਲੱਗੇ, ਕਿਸੇ ਪਿੰਡਾਂ 'ਚ ਜਾ ਕੇ ਦੇਖੋ, ਦੁਆਬੇ ਦੇ ਆਲੇ ਦੁਆਲੇ ਪਿੰਡਾਂ, ਵੱਡੇ ਵੱਡੇ ਪਿੰਡਾਂ 'ਚ ਜਾਂਦੇ ਜ਼ਿਆਦਾ ਲੱਗੇ ਵਾ, ਲੋਕ ਘੱਟ ਰਹਿ ਰਹੇ ਆ, ਪਿੰਡਾਂ ਦੀਆਂ ਸੱਥਾਂ ਉੱਜੜ ਚੁੱਕੀਆਂ ਆ, ਅਤੇ ਹਾਲਾਤ ਇੱਦਾਂ ਦੇ ਪੈਦਾ ਹੋਏ। ਸਿੱਖ ਭਾਈਚਾਰਾ ਜਿਹੜਾ ਉਹ ਥੋੜ੍ਹਾ ਜਿਹਾ ਕੋਈ ਵੀ ਕੰਮ ਉਤਸ਼ਾਹ ਨਾ ਕਰਨ ਦਾ ਆਦੀ ਹੈ, ਚਾਹੇ ਉਹ ਪਿਛਲੇ ਸਮਿਆਂ 'ਚ ਉਹਨਾਂ ਦਾ ਕਿੱਤਾ ਇੱਕ ਖੇਤੀਬਾੜੀ ਰਹੀ ਹੈ, ਇੱਕ ਦੂਜੇ ਨੰਬਰ 'ਤੇ ਫੌਜ ਰਹੀ ਆ, ਤੀਜੇ ਨੰਬਰ 'ਤੇ ਟਰੱਕ ਟਰਾਂਸਪੋਰਟ ਰਹੀ ਹੈ। ਅਤੇ ਜੇ ਉਹ ਇੱਥੇ ਵੱਸਦੇ ਨਹੀਂ, ਉਹ ਕੰਮ ਕਾਰ ਉਹਨਾਂ ਨੂੰ ਮਿਲਦੇ ਨਹੀਂ, ਵੱਡੀ ਪੱਧਰ 'ਤੇ ਉਹ ਹੱਥ 'ਤੇ ਹੱਥ ਧਰ ਕੇ ਬੈਠਣ ਵਾਲੇ ਤਾਂ ਲੋਕ ਹੈ ਨਹੀਂ, ਇੱਥੋਂ ਵੱਡੀ ਪੱਧਰ 'ਤੇ ਜਿੱਦਾਂ ਭੱਜ ਰਿਹਾ ਹੈ। ਹਾਲਾਤ ਇੱਦਾਂ ਦੇ ਬਣ ਸਕਦੇ ਆ ਕਿ ਪੰਜਾਬ 'ਚ ਕੋਈ ਜਿਹੜੇ ਪਗੜੀਧਾਰੀ ਤੁਹਾਨੂੰ ਲੋਕ ਹੀ ਨਾ ਲੱਭਣ, ਇਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਆ। ਕਿਉਂਕਿ ਖੇਤੀਬਾੜੀ ਜ਼ਿਆਦਾ ਸਿੱਖ ਭਾਈਚਾਰੇ ਦੇ ਲੋਕ ਕਰਦੇ ਆ, ਖੇਤੀਬਾੜੀ 'ਚ ਗੰਭੀਰ ਕ੍ਰਾਈਸਿਸ ਹੈ, ਖੇਤੀਬਾੜੀ 'ਚ ਲੋਕ ਕਰਜ਼ਿਆਂ 'ਚ ਡੁੱਬ ਗਏ, ਜ਼ਮੀਨਾਂ ਵੇਚ ਬੂਚ ਕੇ ਉੱਥੋਂ ਭੱਜ ਰਹੇ ਆ। ਇਹ ਦੇਸ਼ ਦੀ ਏਕਤਾ ਅਖੰਡਤਾ ਲਈ ਵੀ ਖਤਰੇ ਵਾਲੀ ਗੱਲ ਹੈ, ਦੇਸ਼ ਦੀ ਸੁਰੱਖਿਆ ਲਈ ਵੀ ਖਤਰੇ ਵਾਲੀ ਗੱਲ ਹੈ। ਚਾਹੇ ਪਹਿਲਾ ਮਹਾਂਯੁੱਧ ਹੋਵੇ, ਚਾਹੇ ਦੂਜਾ ਮਹਾਂਯੁੱਧ ਹੋਵੇ, ਅੰਗਰੇਜ਼ਾਂ ਦੇ ਦਾ ਚਿੰਤਨ ਮੰਥਨ ਹੈ ਉਹਨਾਂ ਦਾ ਕਿ ਜੇ ਸਿੱਖ ਖਾਸ ਕਰਕੇ ਪੰਜਾਬੀ ਸਾਡੀ ਫੌਜ 'ਚ ਪਹਿਲੇ ਯੁੱਧ ਅਤੇ ਦੂਜੇ ਯੁੱਧ 'ਚ ਨਾ ਹੁੰਦੇ ਤਾਂ ਅਸੀਂ ਯੁੱਧ ਹਾਰ ਵੀ ਸਕਦੇ ਸੀ। ਇਸੇ ਹੀ ਤਰ੍ਹਾਂ ਜਿਹੜਾ ਪਾਕਿਸਤਾਨ ਦਾ ਅਨਾਲਿਸਿਸ ਹੈ, ਪਾਕਿਸਤਾਨ ਦੀ ਫੌਜ ਦਾ, ਕਿ ਜੇ ਜਿਹੜੀ ਇਹ ਸਾਡੇ ਹਿੰਦੁਸਤਾਨ ਨਾਲ ਯੁੱਧ ਹੋਏ ਆ, ਜੇ ਉਹਦੇ 'ਚ ਸਿੱਖ ਸੋਲਜਰ ਨਾ ਹੁੰਦੇ ਤਾਂ ਆ ਸਾਨੂੰ ਇੰਨੀਆਂ ਕਰਾਰੀਆਂ ਹਾਰਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਅੱਜ ਵੀ ਚਾਹੇ ਚੀਨ ਦੀ ਬਾਰਡਰ 'ਤੇ ਦੂਜਾ ਕੋਈ ਝੜਪਾਂ ਹੋਣੀਆਂ, ਚਾਹੇ ਕਿ ਪਾਕਿਸਤਾਨ ਦੇ ਬਾਰਡਰ 'ਤੇ ਹੋਣੀਆਂ, ਅੱਗੇ ਹੋ ਕੇ ਲੜਨ ਅਤੇ ਮਰਨ ਵਾਲੇ ਸਿੱਖ ਨੌਜਵਾਨ ਹੁੰਦੇ ਆ। ਅਤੇ ਜੇ ਐਡੀ ਬਹਾਦਰ ਕੌਮ ਆ ਜਿਹੜੀ, ਜਿਹਦਾ ਇੰਨਾ ਵੱਡਾ ਇਤਿਹਾਸ ਹੈ ਮੁਗਲ ਪੀਰੀਅਡ ਤੋਂ ਲੈ ਕੇ ਅੰਗਰੇਜ਼ਾਂ ਦੇ ਪੀਰੀਅਡ ਤੱਕ, ਅਤੇ ਆਜ਼ਾਦ ਭਾਰਤ 'ਚ ਵੀ ਜਿਹੜੀ ਕੌਮ ਜਿਹੜੀ ਆਰਥਿਕ ਤੌਰ 'ਤੇ ਵੀ ਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਅਤੇ ਜਮਹੂਰੀਅਤ ਦੀ ਰੱਖਿਆ ਲਈ ਵੀ ਅੱਗੇ ਹਮੇਸ਼ਾ ਖੜ੍ਹਦੀ ਰਹੀ ਹੈ, ਦੇਸ਼ ਦੀ ਸੁਰੱਖਿਆ ਲਈ ਸਰਹੱਦਾਂ 'ਤੇ ਖੜ੍ਹਦੀ ਰਹੀ ਹੈ, ਇਹੋ ਜਿਹੀ ਕੌਮ ਭਾਈਚਾਰਾ ਭਾਵੇਂ ਅੱਜ ਉਹ ਘੱਟ ਵੀ ਸਦੀ ਹੈ, ਜੇ ਦੇਸ਼ 'ਚੋਂ ਵੱਡੀ ਗਿਣਤੀ 'ਚੋਂ ਚਲੇ ਜਾਂਦਾ, ਇਹ ਦੇਸ਼ ਦੀ ਏਕਤਾ ਅਖੰਡਤਾ ਲਈ, ਦੇਸ਼ ਦੀ ਸੁਰੱਖਿਆ ਲਈ ਵੱਡਾ ਖਤਰਾ। ਇਹਦੇ 'ਚ ਭਾਜਪਾ ਨੂੰ ਵੀ, ਕਾਂਗਰਸ ਨੂੰ ਵੀ, ਦੂਜੀਆਂ ਖੇਤਰੀ ਪਾਰਟੀਆਂ ਨੂੰ ਵੀ ਵਿਚਾਰ ਕਰਨੀ ਚਾਹੀਦੀ ਹੈ ਕਿ ਅਸੀਂ ਸਮੁੱਚੇ ਪੰਜਾਬੀਆਂ ਨੂੰ, ਸਿੱਖ ਭਾਈਚਾਰੇ ਨੂੰ ਇੱਥੇ ਕਿੱਦਾਂ ਵੱਸਦਾ ਰੱਖਣਾ। ਜੀ, ਜਿੱਥੇ ਇੱਕ ਬਹੁਤ ਵੱਡੀਆਂ ਅਹਿਮ ਗੱਲਾਂ, ਇਹਨਾਂ 'ਤੇ ਧਿਆਨ ਦਿੱਤੇ ਬਿਨਾਂ ਸਰਨਾ ਨਹੀਂ ਪੰਜਾਬ ਦਾ। ਉੱਥੇ ਅਖੀਰ ਦੇ ਵਿੱਚ ਮੈਂ ਦੋ ਮੁੱਖ ਮੰਤਰੀਆਂ ਦੇ ਬਾਰੇ, ਇੱਕ ਮੌਜੂਦਾ ਅਤੇ ਇੱਕ ਸਾਬਕਾ ਬਾਰੇ ਜੁੜੇ ਦੋ ਸਵਾਲ ਕਰਨੇ ਆ। ਮੌਜੂਦਾ ਮੁੱਖ ਮੰਤਰੀ ਕਹਿੰਦੇ ਆ ਕਿ ਮੈਂ ਸਾਰਿਆਂ ਪਾਸੇ ਇਕੱਲਾ ਲੜਾਈ ਲੜ ਰਿਹਾ, ਕੋਈ ਸਮੱਸਿਆ ਹੋਵੇ ਨਿੱਕੀ ਤੋਂ ਲੈ ਕੇ ਵੱਡੀ, ਮੈਨੂੰ 13 ਆਵਾਜ਼ਾਂ ਪੰਜਾਬੀਓ ਅਤੇ 13 ਹੱਥ ਹੋਰ ਦੇ ਦਿਓ, ਫਿਰ ਦੇਖਿਓ ਪਾਰਲੀਮੈਂਟ 'ਚ ਗਾਹ ਪਾਉਂਦੇ ਅਸੀਂ। ਉਹਦੇ 'ਚ ਇਹ ਗੱਲ ਸਿਰਫ ਕਹਿਣ ਦੀ ਹੈ, ਦੇਖੋ ਅੱਜ ਤਾਈਂ ਕਿਸੇ ਵੀ ਜਿਹੜੀ ਪਾਰਟੀ ਨੂੰ 92 ਜਿਹੜੇ ਆ ਵਿਧਾਇਕ ਨਹੀਂ ਮਿਲੇ, ਇਹਨਾਂ ਨੂੰ 92 ਵਿਧਾਇਕ ਮਿਲੇ ਆ। 92 ਵਿਧਾਇਕ ਇਹਨਾਂ ਨੇ ਉਹਨਾਂ ਨੂੰ ਬੋਲਣ ਚੱਲਣ ਦੀ ਇਹਨਾਂ ਨੇ ਕਿੰਨੀ ਕਾਗਿਆ ਦਿੱਤੀ ਹੋਈ ਹੈ। ਦੋਸ਼ ਤਾਂ ਇਹ ਲੱਗਦੇ ਆ ਕਿ ਉਹਨਾਂ ਨੂੰ ਇਹਨਾਂ ਨੇ ਬੰਦੀ ਮਜ਼ਦੂਰ ਬਣਾਇਆ ਹੋਇਆ, ਆਪਣੀ ਮਰਜ਼ੀ ਨਾਲ ਕੋਈ ਬਿਆਨ ਨਹੀਂ ਦੇ ਸਕਦੇ, ਗੱਲ ਨਹੀਂ ਕਰ ਸਕਦੇ, ਅਨੁਸ਼ਾਸਨ ਦਾ ਫੰਦਾ ਇੰਨਾ ਤਕੜਾ ਕੀਤਾ ਹੈ। ਅਤੇ 7 ਰਾਜ ਸਭਾ ਦੇ ਮੈਂਬਰ ਪੰਜਾਬ ਨੇ ਚੁਣ ਕੇ ਭੇਜੇ ਆ, ਉਹਨਾਂ ਨੇ ਪਾਰਲੀਮੈਂਟ 'ਚ ਪੰਜਾਬ ਲਈ ਕੀ ਕਰਤਾ, ਕੀ ਬੋਲੇ ਆ, ਕਿੰਨੇ ਕੁ ਬੋਲੇ ਆ। ਅਤੇ ਜੇ ਇਸ ਬਹਾਨੇ ਉਹ 13, ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਇਕੱਲਾ ਲੜ ਰਿਹਾ, 13 ਬੰਦੇ ਜੇ ਇੱਥੇ, ਪਹਿਲਾਂ ਤਾਂ
ਸੰਭਵ ਨਹੀਂ ਇੱਥੋਂ ਚੁਣੇ ਜਾਣੇ। ਜੇ ਚੁਣੇ ਵੀ ਜਾਣ ਅਤੇ ਜੇ ਇਹਨਾਂ ਨੂੰ ਪਾਰਟੀ ਦਾ ਏਜੰਡਾ ਹੀ ਇਹ ਹੋਵੇ ਕਿ ਪੰਜਾਬ ਲਈ ਉਹਨਾਂ ਨੂੰ ਬੋਲਣਾ ਹੀ ਨਾ ਦਿੱਤਾ ਜਾਵੇ ਅਤੇ ਉਹ 13 ਬੰਦੇ ਕੀ ਕਰਨਗੇ? ਜਿਹੜਾ ਜਦੋਂ ਵਿਧਾਇਕ ਨਹੀਂ ਬੋਲ ਰਿਹਾ, ਰਾਜ ਸਭਾ ਦੇ ਮੈਂਬਰ ਨਹੀਂ ਕਿਸੇ ਮੁੱਦੇ 'ਤੇ ਪੰਜਾਬ ਦੇ ਭਗ ਦੇ ਮੁੱਦੇ 'ਤੇ ਬੋਲ ਨਹੀਂ ਰਹੇ ਅਤੇ 13 ਲੋਕ ਸਭਾ ਮੈਂਬਰ ਚੁਣ ਵੀ ਲਏ ਜਾਣ ਅਤੇ ਉਹ ਕੀ ਕਰਨਗੇ? ਅਸਲ ਤਾਂ ਗੱਲ ਇਹ ਹੈ ਕਿ ਇਹਨਾਂ ਦਾ ਜਿਹੜਾ ਪੰਜਾਬ ਨੂੰ ਇਹ ਜਾਣਦੇ ਹੀ ਨਹੀਂ ਹੈਗੇ। ਬਾਈ ਚਾਂਸ ਪਾਰਟੀ ਇਹ ਸਤਾ 'ਚ ਆ ਗਈ ਹੈ, ਪੰਜਾਬ ਦੇ ਜਿਹਨਾਂ ਮੁੱਦਿਆਂ ਦੀ ਆਪਾਂ ਚਰਚਾ ਕੀਤੀ ਹੈ ਇਹਨਾਂ ਬਾਰੇ ਗਹਿਰੀ ਸਮਝ ਨਹੀਂ। ਪੰਜਾਬ ਦੇ ਅਰਥ ਸ਼ਾਸਤਰੀ, ਸਮਾਜ ਸ਼ਾਸਤਰੀ, ਸਿੱਖਿਆ ਸ਼ਾਸਤਰੀ ਜਿਹੜੇ ਦੀ ਟੀਮ ਬਣਾ ਕੇ ਜਿਹੜਾ ਇਹਨਾਂ ਦਾ ਯੋਜਨਾ ਕਮਿਸ਼ਨ ਹੈ ਪੰਜਾਬ ਦਾ, ਉਹਦੇ 'ਚ ਪੰਜਾਬ ਦੇ ਜਿਹੜੇ ਬੁੱਧੀਜੀਵੀਆਂ ਨੂੰ ਡਾਕਟਰ ਸੁੱਚਾ ਸਿੰਘ ਗਿੱਲ, ਰਣਜੀਤ ਸਿੰਘ ਘੁੰਮਣ, ਗਿਆਨ ਸਿੰਘ ਜਿਹੜੇ ਇੱਦਾਂ ਦੇ, SS ਜੌਹਲ, ਅਤੇ ਇਸੇ ਤਰ੍ਹਾਂ ਸਿੱਖਿਆ ਸ਼ਾਸਤਰੀ ਜਿਹੜੇ ਵੱਡੇ ਵੱਡੇ ਹੈਗੇ ਆ, ਉਹਨਾਂ ਨੂੰ ਸ਼ਾਮਿਲ ਕਰਕੇ ਇੱਕ ਟੀਮ ਬਣਾਉਂਦੇ ਅਤੇ ਉਹਨਾਂ ਨੂੰ ਕਹਿੰਦੇ ਕਿ ਪੰਜਾਬ ਦੀ ਡਿਵੈਲਪਮੈਂਟ ਦਾ ਸਾਨੂੰ ਬਲਿਊ ਪ੍ਰਿੰਟ ਬਣਾ ਕੇ ਦਿਓ ਅਤੇ ਉਹਨੂੰ ਇਹ ਇੰਪਲੀਮੈਂਟ ਕਰਦੇ। ਇਹਨਾਂ ਨੂੰ ਤਾਂ ਆਪ ਹੀ ਨਹੀਂ ਪਤਾ ਹੈਗਾ ਇਹਨੇ ਕਰਨਾ ਕੀ ਹੈ। ਜਿਹੜਾ ਇੱਥੇ ਜਿਹੜਾ ਸਿੱਖਿਆ ਦਾ ਮਾਡਲ ਇਹ ਲੈ ਕੇ ਆ ਰਿਹਾ, ਜਿਹੜਾ ਮਹਿਲਾ ਕਲੀਨਿਕ ਮਾਡਲ ਲੈ ਕੇ ਆ ਰਿਹਾ, ਉਹਦੇ ਨਾਲ ਤਾਂ ਪੰਜਾਬ ਦੀ ਸਿੱਖਿਆ ਦਾ ਹੋਰ ਨੁਕਸਾਨ ਹੋ ਰਿਹਾ ਅਤੇ ਪੰਜਾਬ ਦੀਆਂ ਸਿਹਤ ਸੇਵਾਵਾਂ ਦਾ ਹੋਰ ਨੁਕਸਾਨ ਹੋ ਰਿਹਾ। ਲਗਾਤਾਰ ਖਬਰਾਂ ਆਉਂਦੀ ਰਹੀਆਂ, ਲੁਧਿਆਣੇ ਦਾ ਜਿਹੜਾ ਸਿਵਲ ਹੋਸਪਿਟਲ ਹੈ ਉਹਦੇ 'ਚ ਮਰੀਜ਼ ਘੱਟ ਆ ਅਤੇ ਚੂਹੇ ਜ਼ਿਆਦਾ ਘੁੰਮਦੇ ਆ, ਅਤੇ ਉਹਦੇ 'ਚ ਤੁਸੀਂ ਦੇਖੋਗੇ ਤਾਂ ਫਿਰ ਇੱਦਾਂ ਕਿੱਦਾਂ ਗੱਲ ਬਣੂਗੀ? ਹੇਠਾਂ ਤੋਂ ਲੈ ਕੇ ਉੱਪਰ ਤੱਕ ਜੇ ਤੁਸੀਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣਾ, ਸਿੱਖਿਆ ਸੇਵਾਵਾਂ ਨੂੰ ਬਿਹਤਰ ਬਣਾਉਣਾ, ਐਗਰੀਕਲਚਰ ਨੂੰ ਨਵੀਆਂ ਲੀਹਾਂ 'ਤੇ ਪਾਉਣਾ ਅਤੇ ਇੰਡਸਟਰੀ ਲੈ ਕੇ ਆਉਣੀ ਹੈ ਇੱਥੇ, ਇਨਵਾਇਰਮੈਂਟ ਨੂੰ ਠੀਕ ਰੱਖਣਾ, ਅਤੇ ਪੰਜਾਬ ਦੇ ਜਿਹੜੇ ਸਿੱਖਿਆ ਸ਼ਾਸਤਰੀ ਆ, ਪੰਜਾਬ ਦੇ ਜਿਹੜੇ ਸਿਹਤ ਖੇਤਰਾਂ ਦੇ ਮਾਹਰ ਹੈ, ਪੰਜਾਬ ਦੇ ਜਿਹੜੇ ਆਰਥਿਕ ਮਾਹਰ ਹੈ, ਉਹਨਾਂ ਨੂੰ ਤੁਹਾਨੂੰ ਸ਼ਾਮਿਲ ਕਰਨਾ ਪੈਣਾ, ਉਹਨਾਂ ਦੀ ਟੀਮ ਬਣਾਉਣੀ ਪੈਣੀ ਆ, ਉਹਨਾਂ ਦੀਆਂ ਰਿਕਮੈਂਡੇਸ਼ਨ ਲੈ ਕੇ ਤੁਹਾਨੂੰ ਤੁਰਨਾ ਪੈਣਾ। ਪੰਜਾਬ ਤੁਸੀਂ ਕਿਸੇ ਦੇਸ਼ 'ਚ ਟੀਚਰ ਭੇਜ ਦਿਓ, ਕਿਸੇ ਦੇਸ਼ 'ਚ ਤੁਸੀਂ ਆਪ ਘੁੰਮਿਓ, ਹਰ ਦੇਸ਼ ਦੀਆਂ ਆਪਣੀਆਂ ਵੱਖਰੀਆਂ ਹਾਲਤਾਂ ਹੁੰਦੀਆਂ। ਅਤੇ ਜੇ ਪੰਜਾਬ ਲਈ ਵਿਕਾਸ ਦਾ ਮਾਡਲ ਬਣਾਉਣਾ ਤਾਂ ਇੱਥੇ ਦੇ ਲੋਕਾਂ ਨੇ, ਇੱਥੇ ਦੇ ਚਿੰਤਕਾਂ ਨੇ, ਇੱਥੇ ਦੇ ਮਾਹਰਾਂ ਨੇ ਬਣਾਉਣਾ, ਅਤੇ ਉਹਨੂੰ ਇੰਪਲੀਮੈਂਟ ਜਿਹੜੀ ਸਰਕਾਰ ਕਰੂਗੀ ਉਹਨੂੰ ਸਫਲਤਾ ਮਿਲੂਗੀ। ਜੀ, ਇੱਕ ਤੁਹਾਡੀ ਗੱਲ ਵਿੱਚ ਸਵਾਲ ਹੈ ਕਿ 92 ਚੁਣੇ ਉਹਨਾਂ 'ਚ ਕਿਹੜਾ ਬੋਲਦਾ? ਇਹ ਜਿਹੜੇ ਇੱਕ ਬੋਲੇ ਵੀ ਕੁੰਵਰ ਵਿਜੇ ਪ੍ਰਤਾਪ, ਬੜੇ ਵੱਡੇ ਦੋਸ਼ ਲਾਏ ਉਹਨਾਂ ਨੇ ਸਟੇਜ ਤੋਂ ਪ੍ਰਚਾਰ ਕਰਦੇ ਦੌਰਾਨ ਕਿ ਇੱਕ MP ਦੇ ਕਹਿਣ 'ਤੇ ਪੁਲਿਸ ਵਾਲੇ ਲੱਗੇ ਔਰ ਨਸ਼ਾ ਉਹ ਵਿਕਾਈ ਜਾਂਦੇ ਨੇ। ਉਹ ਬੜੇ ਗੰਭੀਰ ਦੋਸ਼ ਲਾਏ ਆ ਉਹਨਾਂ ਨੇ, ਜਿਹੜੇ ਵੀ ਪੁਲਿਸ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਹੈਗੇ ਆ ਜਿਹੜੇ ਨਸ਼ਾ ਵਿਕਵਾਉਣ ਦਾ ਕੰਮ ਕਰਦੇ ਆ। ਉਹ ਇੱਕ ਜਿਹੜੇ ਸ਼ਸ਼ੀਕਾਂਤ ਸੀਗੇ ਪੰਜਾਬ ਦੇ ਸੀਨੀਅਰ ਪੁਲਿਸ ਅਫਸਰ ਸੀਗੇ, ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸੀਗੇ ਉਹਨਾਂ ਨੂੰ ਇੱਕ ਲਿਸਟ ਵੀ ਦਿੱਤੀ ਸੀ, ਉਹਨਾਂ ਨੇ ਉਹਦੇ 'ਚ ਉਹਨਾਂ ਨੇ ਜ਼ਾਹਰ ਕੀਤਾ ਸੀ, ਨਾਂ ਦਿੱਤੇ ਸੀ ਕਿ ਕਿਹੜੇ ਕਿਹੜੇ ਪੁਲਿਸ ਵਾਲੇ ਲੋਕ ਆ ਜਿਹੜੇ ਨਸ਼ਾ ਵਿਕਵਾਉਣ ਦਾ ਕੰਮ ਕਰ ਰਹੇ ਆ ਜਾਂ ਤਸਕਰਾਂ ਦੀ ਮਦਦ ਕਰ ਰਿਹਾ। ਇਹਦੇ 'ਚ ਇਹ ਗੱਲਾਂ ਹੈਗੀਆਂ ਆ, ਜਿਹੜੇ ਇਹਨਾਂ ਨੂੰ ਪੁਲਿਸ ਜਿਹੜਾ ਸਾਡਾ ਹੈਗਾ ਸਿਸਟਮ ਆ, ਢਾਂਚਾ ਆ, ਇਹਦੇ ਅੰਦਰ ਵੀ ਇਹਦੀ ਵੀ ਪੜਚੋਲ ਹੋਣੀ ਚਾਹੀਦੀ ਹੈ ਕਿ ਕਿਹੜੇ ਲੋਕ ਕੀ ਕਰ ਰਹੇ ਆ। ਕਿਉਂਕਿ ਜੇ ਆਮ ਲੋਕਾਂ ਨੂੰ ਪਿੰਡਾਂ 'ਚ ਪਤਾ ਵੀ ਸਾਡੇ ਪਿੰਡ 'ਚ ਕੌਣ ਨਸ਼ਾ ਵੇਚਦਾ, ਅਤੇ ਜਿਹੜੇ ਕਿਸੇ ਥਾਣੇ ਦਾ SHO ਹੁੰਦਾ ਉਹਨੂੰ ਆਪਣੀ ਪੂਰੀ ਹਲਕੇ ਦਾ ਪਤਾ ਹੁੰਦਾ, ਖੇਤਰ ਦਾ, ਕਿ ਇੱਥੇ ਚੰਗੇ ਲੋਕ ਕਿੱਥੇ ਰਹਿੰਦੇ ਆ, ਮਾੜੇ ਕਿੱਥੇ ਰਹਿੰਦੇ ਆ, ਅਤੇ ਕ੍ਰਾਈਮ ਕਰਨ ਵਾਲੇ ਕਿਹੜੇ ਲੋਕ ਆ, ਉਹਦਾ ਉਹਨੂੰ ਸਾਰਾ ਪਤਾ ਹੁੰਦਾ। ਅਤੇ ਇਹ ਕਿਤੇ ਨਾ ਕਿਤੇ ਕੋਈ ਗੜਬੜ ਆ ਜਿਹੜੀ ਜਿਹਦੇ ਕਰਕੇ ਜਿਹੜੇ ਪੁਲਿਸ ਦੇ SHO ਆ ਜਾਂ ਪੁਲਿਸ ਦੀ ਲੋਕਲ ਪੁਲਿਸ ਆ ਉਹ ਸਮੇਂ ਸਿਰ ਐਕਸ਼ਨ ਨਹੀਂ ਕਰਦੀ, ਜਾਂ ਉਹਦੇ ਹੱਥ ਬੱਝੇ ਹੋਏ ਆ, ਜਾਂ ਉਹਨਾਂ ਦੀ ਮਿਲੀ ਭੁਗਤੇ ਆ, ਇਹ ਦੇਖਣਾ ਪਏਗਾ ਕਿ ਕਿਉਂ ਪੰਜਾਬ 'ਚ ਨਸ਼ਾ ਜਿਹੜਾ ਵਿਕਣਾ ਉਹ ਕਿਉਂ ਨਹੀਂ ਰੁਕ ਰਿਹਾ। ਇੱਕ ਆਖਰੀ ਸਵਾਲ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਜਲੰਧਰ ਹਲਕੇ ਦੇ ਵਿੱਚ ਜਦੋਂ ਚੋਣ ਮੈਦਾਨ 'ਚ ਆਉਂਦੇ ਆ ਉਦੋਂ ਦੀ ਖਲਾਰੇ ਬਹੁਤ ਪਏ, ਵਿਰੋਧੀਆਂ ਨੇ ਤਾਂ ਘੇਰਨਾ ਸੀ, ਆਪਣੇ ਆਪ ਦੇ ਵਿੱਚ ਵੀ ਬੜਾ ਕਲੇਸ਼ ਹੋਇਆ। ਇਸ ਸਾਬਕਾ ਮੁੱਖ ਮੰਤਰੀ ਦੇ ਉੱਤੇ ਨਜ਼ਰ ਇੰਨੀ ਜਿਹੜੀ ਸਿਆਸੀ ਤੌਰ 'ਤੇ ਰੱਖੀ ਹੋਈ ਹੈ, ਕਈ ਵਾਰੀ ਕੋਈ ਵੀਡੀਓ ਪਾ ਦੇਣੀ, ਪੋਸਟਰ ਲਾ ਦੇਣੇ, ਇਹਨੂੰ ਤੁਸੀਂ ਸਿਆਸਤ ਨੂੰ ਕਿਵੇਂ ਸਮਝੇ? ਉਹਦੇ 'ਚ ਗੱਲ ਇਹ ਹੈ ਕਿ ਕੌਮੀ ਪੱਧਰ 'ਤੇ ਵੀ ਚੱਲ ਰਿਹਾ,
ਇਹ ਪੰਜਾਬ 'ਚ ਵੀ ਚੱਲ ਰਿਹਾ ਅਤੇ ਪੰਜਾਬ 'ਚ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਪਹਿਲਾਂ ਘੱਟ ਹੋਈਆਂ ਹੁਣ ਜ਼ਿਆਦਾ ਹੋ ਰਹੀਆਂ, ਸਾਨੂੰ ਜ਼ਿਆਦਾ ਮਹਿਸੂਸ ਹੋ ਰਹੀਆਂ ਅਤੇ ਬਹੁਤ ਸਾਰੀਆਂ ਮੈਂ ਵੀਡੀਓਜ਼ ਦੇਖੀਆਂ ਰਾਹੁਲ ਗਾਂਧੀ ਦੀਆਂ। ਰਾਹੁਲ ਗਾਂਧੀ ਨੇ ਭਾਸ਼ਣਾਂ 'ਚ ਕਿਹਾ ਕੁਛ ਆ ਉਹ ਐਡਿਟ ਕਰਕੇ ਉਹਨਾਂ ਨੂੰ ਚਲਾਇਆ ਆ, ਉਹ ਤਾਂ ਰਾਹੁਲ ਗਾਂਧੀ ਤੋਂ ਤਾਂ ਇਹ ਵੀ ਕਹਾ ਦਿੱਤਾ ਗਿਆ ਕਿ ਵੀ ਅਗਲੀ ਸਰਕਾਰ ਨਰਿੰਦਰ ਮੋਦੀ ਦੀ ਬਣ ਰਹੀ ਹੈ ਅਤੇ ਉੱਤਰ ਪ੍ਰਦੇਸ਼ 'ਚ ਸਾਰੀਆਂ ਸੀਟਾਂ ਜਿਹੜੀ ਆ ਭਾਜਪਾ ਜਿੱਤੂਗੀ, ਰਾਹੁਲ ਕਹਿ ਰਿਹਾ ਹੈ। ਜਿਹੜੀ ਉਹ ਸਬਿੰਗ ਕਰਕੇ ਕਟਿੰਗ ਕਰਕੇ ਕਿਸੇ ਤੋਂ ਕੁਛ ਵੀ ਕਹਾਇਆ ਜਾ ਸਕਦਾ। ਦੂਜੀ ਗੱਲ ਇਹ ਹੈ, ਮੈਂ ਇੱਕ ਮਹਿਸੂਸ ਕਰਦਾ ਕਿ ਚਰਨਜੀਤ ਸਿੰਘ ਚੰਨੀ ਜਿਹੜਾ ਪੜ੍ਹਿਆ ਲਿਖਿਆ ਆ ਜਿਹੜਾ ਪੂਰੀ ਤਰ੍ਹਾਂ, ਪਰ ਇਹਦੇ ਬਾਵਜੂਦ ਕਈ ਵਾਰ ਉਹ ਰਾਜਨੀਤਿਕ ਤੌਰ 'ਤੇ ਉਹਦੀ ਜਿਹੜੀ ਮਚੋਰਟੀ ਉਹ ਘੱਟ ਨਜ਼ਰ ਆਉਂਦੀ ਹੈ, ਜਿਹੜੀਆਂ ਬਹੁਤ ਸਾਰੀਆਂ ਗੱਲਾਂ ਕਰਕੇ ਉਹ ਆਪ ਹੀ ਵਾਦਾਂ 'ਚ ਫਸ ਜਾਂਦੇ ਆ। ਉਹਨਾਂ ਨੂੰ ਜਿੱਦਾਂ ਹੁਣ ਉੱਥੇ ਜੰਮੂ ਕਸ਼ਮੀਰ 'ਚ ਏਅਰਫੋਰਸ ਦੇ ਜਿਹੜੇ ਜਵਾਨਾਂ 'ਤੇ ਉਹਦੇ ਹਮਲਾ ਹੋ ਗਿਆ, ਉੱਥੇ ਕੋਈ ਲੋੜ ਨਹੀਂ ਸੀ ਉਹਨਾਂ ਨੂੰ ਜੋ ਉਹਨਾਂ ਨੇ ਕਿਹਾ ਉਹ ਕਹਿਣ ਦੀ ਲੋੜ ਨਹੀਂ ਸੀ। ਇਸੇ ਤਰ੍ਹਾਂ ਬਹੁਤ ਸਾਰੇ ਹੋਰ ਵਿਵਾਦ ਆ ਜਿਹੜੇ ਉਹ ਆਪਣੇ ਲਈ ਆਪ ਹੀ ਸਹੇੜ ਲੈਂਦੇ ਆ। ਉਹਨਾਂ ਨੂੰ ਇੱਥੇ ਦੀ ਜੋ ਸਥਿਤੀ ਹੈ ਉਹਦੇ 'ਚ ਉਹਨਾਂ ਨੂੰ ਇੱਥੇ ਕਾਫੀ ਅੱਛਾ ਹੰਗਾਰਾ ਮਿਲ ਰਿਹਾ, ਜੋ ਥੋੜ੍ਹਾ ਬਹੁਤ ਖਬਰਾਂ ਮਿਲ ਰਹੀਆਂ। ਉਹਨਾਂ ਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ, ਉਹਨਾਂ ਨੂੰ ਜਿਹੜੀ ਆਪਣ ਗੈਰ ਜ਼ਰੂਰੀ ਵਿਵਾਦਾਂ 'ਚ ਨਹੀਂ ਫਸਣਾ ਚਾਹੀਦਾ। ਜਿਹੜੀ ਵੀ ਕੋਈ ਵੀ ਧਿਰ ਕੋਈ ਵੀ ਪਾਰਟੀ ਹੈ, ਚਾਹੇ ਭਾਜਪਾ, ਕਾਂਗਰਸ ਹੈ, ਬਸਪਾ ਜਾਂ ਕੋਈ ਵੀ ਲੀਡਰ ਹੈ, ਅਕਾਲੀ ਦਲ ਹੈ, ਉਹਨਾਂ ਦੇ ਲੀਡਰਾਂ ਨੂੰ ਜਦੋਂ ਲੋਕਾਂ ਨੂੰ ਐਡਰੈਸ ਕਰਦੇ ਆ, ਪਬਲਿਕ ਨੂੰ ਜਦੋਂ ਕੋਈ ਬਿਆਨ ਦਿੰਦੇ ਆ ਤਾਂ ਉਹਨਾਂ ਨੂੰ ਹਰ ਸ਼ਬਦ ਬਾਰੇ ਬੜੀ ਗੰਭੀਰਤਾ ਨਾਲ ਜਿਹੜਾ ਸੋਚਣਾ ਚਾਹੀਦਾ ਉਹਨਾਂ ਨੂੰ। ਸ਼ੁਕਰੀਆ ਜੀ, ਥੈਂਕ ਯੂ। ਇਸ ਹਨ ਸਾਡੇ ਨਾਲ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਜੀ, ਜਿਨ੍ਹਾਂ ਨੇ ਆਪਣੀ ਸਮਝ ਦੇ ਮੁਤਾਬਕ ਔਰ ਆਪਣੇ ਆਲੇ ਦੁਆਲੇ ਵਿੱਚ ਵਾਪਰ ਰਹੀ ਜਿਹੜੀ ਸਿਆਸਤ ਦੇ ਅੰਦਰ ਗਤੀਵਿਧੀਆਂ ਨੇ ਉਸ ਦੇ ਉੱਤੇ ਕੁਝ ਅਹਿਮ ਟਿੱਪਣੀਆਂ ਕੀਤੀਆਂ ਨੇ ਅਤੇ ਪੰਜਾਬ ਦੇ ਅਹਿਮ ਮੁੱਦਿਆਂ ਦੇ ਉੱਤੇ ਗੱਲ ਕੀਤੀ ਹੈ ਕਿ ਰਾਜਨੀਤਿਕ ਪਾਰਟੀਆਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ, ਪੰਜਾਬ ਤਾਂ ਹੀ ਅੱਗੇ ਸਹੀ ਰਾਹ ਦੇ ਉੱਤੇ ਤੁਰ ਸਕਦਾ। ਫਿਲਹਾਲ ਇਸ ਮੁਲਾਕਾਤ ਚੈਨਲ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਜਲੰਧਰ।